सतनाम करता छोटी भैन संदीप कौर जो तुम देखा पिछे बोर्ड भी लग्या होया ओदी याद दे विच असीं अज इह कैंप भैन नूं समर्पित किया। अज दे दिन साडी छोटी भैन संदीप कौर का जन्मदिन सीगा ते जिहड़ा असीं बड़े चंगे तरीके नाल मनाउंदे हुंदे सीगे जदों भैन साडे नाल जुड़ी 2 साल करीब साडे नाल भैन ने सेवा दे विच हत्थ बटाया ते सानूं अज बड़ा फकर आ सानूं बड़ा माण आ उस भैन ते चाहे अज ओह साडे विच नहीं रही पर ओह 2 सालां दे विच जो साडे नाल ओह समां बिताया भैन ने सेवा दे विच हिस्सा पा के गई आ ते साडे दिलां दे विच जिहड़ी ओहने भैन ने साडी ने छोटी ने जान बढ़ाई आ ते ओह बड़ी कमिट आ ओह बड़ी गूढ़ी आ ते ओह याद नूं अज असीं ताजा करन दे लई अज दा जिहड़ा साडा साथी दा कैंप सीगा लोकां दी सेवा सब तों वड्डी सेवा परिवार वल्लों साडी भैण संदीप कौर दे नाम नूं अज डेडिकेट कीता ते तुसीं सारे साडे परिवार दे मैंबर इत्थे जिहड़े पहुंचे होए हो ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਸਾਡੀ ਛੋਟੀ ਭੈਣ ਸੰਦੀਪ ਵਾਸਤੇ ਜ਼ਰੂਰ ਅਰਦਾਸ ਕਰਿਓ ਸੱਚੇ ਪਾਤਸ਼ਾਹ ਅੱਗੇ ਵੀ ਉਹਨੂੰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਹਨੂੰ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਜਿਹੜੀ ਕਿਉਂਕਿ ਉਹਨੇ ਉੱਪਰ ਸੱਚੇ ਪਾਤਸ਼ਾਹ ਨੇ ਉਹਨੂੰ ਆਪਣੇ ਕੋਲੇ ਸੱਦ ਕੇ ਲਾਈ ਆ ਉਹ ਵਧੀਆ ਤਰੀਕੇ ਨਾਲ ਜਿਵੇਂ ਉਹਨੇ ਇੱਥੇ ਆਪਣੀ ਸੰਗਾ ਇੱਕ ਚੰਗੀ ਭੈਣ ਬਣ ਕੇ ਚੰਗੀ ਧੀ ਬਣ ਕੇ ਜਿਹੜੀ ਉਹਨੇ ਇੱਥੇ ਡਿਊਟੀ ਹਰ ਰਿਸ਼ਤੇ ਦੇ ਨਾਲ ਨਿਭਾਈ ਆ ਉਹ ਅੱਗੇ ਵੀ ਆਪਣੀ ਡਿਊਟੀ ਨੂੰ ਪੂਰਾ ਕਰ ਸਕੇ ਸਾਡੇ ਦਿਲਾਂ ਦੇ ਵਿੱਚ ਜਿਹੜੀ ਉਹਨੇ ਭੈਣ ਨੇ ਸੇਵਾ ਦੀ ਜਿਹੜੀ ਇਹ ਅਰਥ ਲਗਾਈ ਆ ਉਹ ਅਸੀਂ ਉਹਨੂੰ ਆਪਣੇ ਦਿਲਾਂ ਚ ਸਵੇਟ ਕੇ ਨਾ ਰੱਖੀਏ ਉਹਨੂੰ ਅਸੀਂ ਹੋਰ ਅੱਗੇ ਲੈ ਕੇ ਜਾ ਸਕੀਏ ਅਸੀਂ ਹੋਰ ਸਾਡੀਆਂ ਭੈਣਾਂ ਦੀ ਸਾਡੀਆਂ ਬੱਚੀਆਂ ਦੀ ਸਾਡੀਆਂ ਮਾਵਾਂ ਦੀ ਸੇਵਾ ਕਰ ਸਕੀਏ ਕਿਉਂਕਿ ਜਦੋਂ ਇਹ ਪਹਿਲੀ ਵਾਰ ਅਸੀਂ ਕੈਂਪ ਲਾਉਣਾ ਸ਼ੁਰੂ ਕੀਤਾ ਸੀ
दौरे पैंदे सी दिमागी इहदी मां इह दुनिया तो चले गई इह दादी आ जिहड़ी इहनू पालदी आ दादा जी दी वी डैथ हो गई थोड़ा दिन पहला होर भी इहदे छोटे भैण भरा वा उहनां नूं भी नाम ना ते इह दादी पालदी आ ते सानूं समझ ना आवे जदों इह बच्ची दा साडे कोले केस आया छोटी भैन ने संदीप ने केस अपने हाथ च लिया दो तीन हफ्ते लगातार इहनू सारी इहदी काउंसलिंग कीती अपने कोले रखिया सी इत्थे इहनू जिन्ना भी जीवन सच्चे पातशाह ने बख्शिया उस जीवन इत्थे भी लेखे लाया एक एक पल एक एक समा पंजाब पुलिस दे विच जॉब करदी सी उह भैण ते उहने अपना समा जिहड़ा जिंदगी दा ड्यूटी तो बाद ओह सेवा दे विच लाउंदे सी ते सच्चे पातशाह सानू उस भैण दी जिहड़ी सेवा सानू सच्चे पातशाह ने बख्शी आ सी उहदे हिस्से दी सेवा नूं अगे वधा सकीए सारे वीर भैण अरदास करिओ अगे ते साडी संदीप भैण दे जन्मदिन दी तुहानू वी सारिआं नूं मुबारकां ते सच्चे पातशाह सानू ਇਹ ਜਿਹੜੀ ਸੋਚ ਬਖਸ਼ੀ ਸੱਚੇ ਪਾਤਸ਼ਾਹ ਨੇ ਉਹਨੂੰ ਅਸੀਂ ਹੋਰ ਅੱਗੇ ਲੈ ਕੇ ਜਾ ਸਕੀਏ ਇਹ ਜ਼ਰੂਰ ਅਰਦਾਸ ਕਰਿਓ ਬਾਕੀ ਤੇ ਬਾਕੀ ਹੁਣ ਸਿਮਰੀ ਸਿਮਰੀ ਕੁਛ ਕਹਿਣਾ ਕਿਹਾ दिमागी जो दौरा पैंदा सीगा कुछ भी सुध बुध नहीं सी रहिंदी
जेल ब्रेक की कमी थी कि जमीन के ऊपर लेटी जाना ये चकना था बहुत ज्यादा मारना आपका आपके भी शान खराबा पर संदीप भैन ने साथी ने ਇਹਦੇ ਨਾਲ ਗੱਲਾਂ ਕਰਕੇ ਇਹਨੂੰ ਸਮਝਾਉਣਾ ਅਸੀਂ ਕਾਉਂਸਲਿੰਗ ਕਰਨੀ ਇੱਕ ਏਜ ਦੀ ਜਿੱਦਾਂ ਨਹੀਂ ਸੀ ਬੱਚੀ ਦੀ ਇਹਦੇ ਦਿਮਾਗ ਦੇ ਵਿੱਚ ਖਿਆਲ ਇੱਦਾਂ ਦੇ ਸੀਗੇ ਵੀ ਉਹ ਸਮਾਜ ਸਾਡਾ ਸਮਝ ਸਕਦੇ ਹਾਂ ਸਾਡੇ ਪਿੰਡਾਂ ਦੇ ਵਿੱਚ ਕਿੱਦਾਂ ਦੇ ਸਮਾਜ ਦੇ ਸੀਗੇ ਤੇ ਉਹ ਸੰਦੀਪ ਭੈਣ ਨੇ ਆਪਣੀ ਉਸ ਦੂਰਦੇਸ਼ੀ ਸੋਚ ਨਾਲ ਇਸ ਬੱਚੀ ਨੂੰ ਬੜੇ ਵਧੀਆ ਤਰੀਕੇ ਨਾਲ ਕਾਉਂਸਲਿੰਗ ਕੀਤੀ ਇਹਨੂੰ ਸਮਝਾਇਆ ਇਹਨੂੰ ਦੁਨੀਆਦਾਰੀ ਤੋਂ ਪਰਿਚੇ ਕਰਾਇਆ ਦਾ ਤੇ ਜਿਹੜਾ ਅੱਜ ਇਸ ਬੱਚੀ ਦੇ ਜੀਵਨ ਭਰ ਦੇ ਵਿੱਚ ਉਹ ਕੰਮ ਆਊਗਾ ਤੇ ਇਦਾਂ ਹੀ ਸਾਡੇ ਪਰਿਵਾਰ ਦੇ ਮੈਂਬਰ ਸਾਡੀ ਛੋਟੀ ਭੈਣ ਸਾਡੀ ਬੱਚੀ ਸਿਮਰਨ ਤੁਸੀਂ ਸਾਰੇ ਜਿਹੜੇ ਸਾਡੇ ਨਾਲ ਜੁੜੇ ਹੋਏ ਸਾਡੀਆਂ ਵੀਡੀਓ ਵੀ ਦੇਖਦੇ ਨੇ ਤੇ ਸਾਡੀ ਸਿਮਰਨ ਵੀ ਸਾਨੂੰ ਛੱਡ ਕੇ ਚਲੇ ਗਈ ਆ ਥੋੜੇ ਦਿਨ ਪਹਿਲਾਂ ਹੀ ਉਸ ਬੱਚੀ ਦਾ ਦੇਹਾਂਤ ਹੋ ਗਿਆ ਉਹਨੂੰ ਕੈਂਸਰ ਸੀ ਬੱਚੀ ਨੂੰ ਇੱਥੇ ਆ ਜਾਓਗੇ ਅੱਗੇ ਉਹਨੂੰ ਬੱਚੀ ਦੇ ਲੰਗਸ ਦੇ ਵਿੱਚ ਕੈਂਸਰ ਸੀਗਾ ਪਹਿਲਾਂ ਲੱਤ ਦੇ ਵਿੱਚ ਸੀਗਾ ਪੈਰ ਤੇ ਟਿਊਮਰ ਸੀ ਲੱਤ ਕਟਵਾਈ ਗਈ ਫਿਰ ਉਸ ਤੋਂ ਬਾਅਦ ਕੈਂਸਰ ਵੱਧ ਕੇ ਲੰਗਸ ਦੇ ਵਿੱਚ ਚਲਾ ਗਿਆ ਤੇ ਆ ਪਿਛਲੇ ਕੁਝ ਦਿਨ ਪਹਿਲਾਂ ਸਾਡੀ ਉਸ ਬੱਚੀ ਦੀ ਅਕਾਲ ਚਲਾਣਾ ਹੋ ਗਿਆ ਉਹਦੇ ਨਾਲ ਵੀ ਸਾਡੇ ਸੰਦੀਪ ਭੈਣ ਦਾ ਬਹੁਤ ਪਿਆਰ ਸੀ ਜਦੋਂ ਸਿਮਰਨ ਨੂੰ ਅਸੀਂ ਸ਼ੁਰੂ ਚ ਸਾਡੇ ਕੋਲੇ ਆਉਣਾ ਸ਼ੁਰੂ ਕੀਤਾ ਦਵਾਈ ਚੱਲੀ ਉਹਦੀ ਟ੍ਰੀਟਮੈਂਟ ਸ਼ੁਰੂ ਹੋਇਆ ਅਜੇ ਤੱਕ ਸੰਦੀਪ ਭੈਣ ਨੂੰ ਪਹਿਲੀ ਵਾਰੀ ਮੈਂ ਸਿਮਰਨ ਨੂੰ ਮਿਲਾਇਆ ਤੇ ਪਹਿਲਾਂ ਤਾਂ ਉਹ ਬਲੀਵ ਹੀ ਨਹੀਂ ਕਰੇ ਵੀ ਇੱਦਾਂ ਹੋ ਸਕਦਾ ਵੀ ਇਹ ਬੱਚੀ ਦੇ ਨਾਲ ਤੇ ਜਦੋਂ ਉਹਨੇ ਪੈਰ ਦੇਖਿਆ ਉਹਦੇ ਪੈਰ ਤੇ ਇੰਨਾ ਵੱਡਾ ਟਿਊਮਰ ਸੰਦੀਪ ਭੈਣ ਬਹੁਤ ਸੈਂਸਿਟਿਵ ਸੀ ਦੇਖ ਕੇ ਰੋਣ ਲੱਗ ਗਈ ਸਿਮਰਨ ਨਾਲ ਗੱਲਾਂ ਕੀਤੀਆਂ ਫਿਰ ਉਹਨਾਂ ਦੀ ਆਪਸ ਵਿੱਚ ਇੰਨੀ ਵਧੀਆ ਦੋਸਤੀ ਹੋ ਗਈ ਕਿਉਂਕਿ ਸਿਮਰਨ ਨੂੰ ਵੀ ਬਹੁਤ ਲੋੜ ਸੀ ਉਸ ਟਾਈਮ ਸਪੋਰਟ ਦੀ ਵੀ ਜਿਹੜੀ ਇੱਕ ਉਹਦੀ ਕੋਈ ਵੱਡੀ ਭੈਣ ਬਣ ਕੇ ਉਹਨੂੰ ਸਮਝਾ ਸਕੇ ਉਹਦੀ ਕਾਉਂਸਲਿੰਗ ਕਰ ਸਕੇ ਤਾਂ ਫਿਰ ਸੰਦੀਪ ਭੈਣ ਅਕਸਰ ਉਹਦੇ ਨਾਲ ਗੱਲਾਂ ਕਰਦੇ ਉਹਨੂੰ ਹੌਸਲਾ ਦਿੰਦੇ ਜਿਹਦੇ ਨਾਲ ਸਿਮਰਨ ਨੂੰ ਵੀ ਚੰਗਾ ਲੱਗਦਾ ਵੀ ਮੇਰੀ ਭੈਣ ਨਾਲ ਕੋਈ ਵੱਡੀ ਹੈਗੀ ਆ ਪਰ ਅੱਜ ਸਾਨੂੰ ਦੋਨੋਂ ਹੀ ਛੱਡ ਕੇ ਚਲੇ ਗਈਆਂ ਤੇ ਦੋਨਾਂ ਨੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮਿਸਾਲ ਬਣੀਆਂ ਇੱਕ ਸਾਡੇ ਲਈ ਉਹ ਦੋਨੋਂ ਭੈਣਾਂ ਸਾਡੀਆਂ ਬੱਚੀਆਂ ਸਾਡੇ ਇਸ ਮਨੁੱਖਤਾ ਦੀ ਸੇਵਾ ਵਾਸਤੇ ਮਨੁੱਖਤਾ ਦੀ ਸੇਵਾ ਪਰਿਵਾਰ ਵਾਸਤੇ ਜੋ ਮਿਸਾਲ ਉਹਨਾਂ ਨੇ ਬਣਾਈ ਆ ਉਹਨੂੰ ਅਸੀਂ ਜਾਗਦਾ ਰੱਖੀਏ ਉਹਨੂੰ ਅਸੀਂ ਹੋਰ ਅੱਗੇ ਲੈ ਕੇ ਜਾ ਸਕੀਏ ਸਾਡੀ ਇਹੀ ਹਰ ਟਾਈਮ ਇਹੀ ਸਾਡੀ ਇੱਕ ਯਾਨੀ ਕਿ ਸੋਚ ਰਹੂਗੀ ਅਸੀਂ ਹਮੇਸ਼ਾ ਇਹਨਾਂ ਦੋਨਾਂ ਬੱਚੀਆਂ ਨੂੰ ਸਾਨੂੰ ਬਹੁਤ ਚੀਜ਼ਾਂ ਇਹਨਾਂ ਦੋਨਾਂ ਬੱਚੀਆਂ ਨੇ ਸਿਖਾਈਆਂ ਪਰ ਜੋ ਸੰਦੀਪ ਭੈਣ ਨੇ ਆਪਦੇ ਇਸ ਏਜ ਦੇ ਵਿੱਚ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਜੋ ਕੁਛ ਟ੍ਰਿਬਿਊਟ ਕਰਕੇ ਗਈ ਉਹ ਭੈਣ ਉਹਦਾ ਅਸੀਂ ਦੇਣਾ ਤਾਂ ਨਹੀਂ ਦੇ ਸਕਦੇ ਤੇ ਨਾ ਹੀ ਉਸ ਭੈਣ ਦੀ ਇਹ ਸੋਚ ਸੀ ਵੀ ਅਸੀਂ ਉਹਨੂੰ ਕੁਛ ਰਿਟਰਨ ਗਿਫਟ ਕਰੀਏ ਪਰ ਉਹ ਭੈਣ ਸਾਡੇ ਲਈ ਬਹੁਤ ਕੁਛ ਕਰਕੇ ਗਈ ਆ ਅੱਜ ਅਸੀਂ ਉਹਦੇ ਜਨਮ ਦਿਨ ਤੇ ਇਹ ਸਾਡੇ ਵੱਲੋਂ ਅੱਜ ਦਾ ਜਿਹੜਾ ਕੈਂਪ ਆ ਸਾਡੀ ਛੋਟੀ ਭੈਣ ਸੰਦੀਪ ਵਾਸਤੇ ਅਸੀਂ ਉਹਨੂੰ ਡੈਡੀਕੇਟ ਕਰਦੇ ਆ ਤੇ ਆਉਣ ਵਾਲੇ ਹਰ ਸਾਲ ਅਸੀਂ ਉਸ ਭੈਣ ਦੀ ਜਾਂਚ ਕੁਛ ਚੰਗਾ ਕਰ ਸਕੀਏ ਸਾਨੂੰ ਸੱਚੇ ਪਾਤਸ਼ਾਹ ਸਮਤ ਬੁੱਧੀ ਬਖਸ਼ਣ ਬਾਲ ਬੁੱਧੀ ਬਖਸ਼ਣ ਤੇ ਜਿਹੜੇ ਵੀ ਸਾਡੇ ਪਰਿਵਾਰ ਦੇ ਮੈਂਬਰ ਸੰਦੀਪ ਭੈਣ ਦਾ ਪਰਿਵਾਰ ਵੀ ਅੱਗੇ ਵੀ ਤੁਸੀਂ ਦੇਖਦੇ ਹੋ ਅਕਸਰ ਸਾਡੇ ਕੋਲੇ ਆਉਂਦੇ ਨੇ ਜਿਸ ਦਿਨ ਤੋਂ ਸੰਦੀਪ ਭੈਣ ਗਈ ਆ ਉਸ ਦਿਨ ਤੋਂ ਪਰਿਵਾਰ ਨੇ ਉਹਦੀਆਂ ਜ਼ਿੰਮੇਵਾਰੀਆਂ ਨੂੰ ਸਮਝਿਆ ਵੀ ਜੇ ਸੰਦੀਪ ਨਹੀਂ ਜਾਓ ਤਾਂ ਅਸੀਂ ਉੱਥੇ ਜਾ ਕੇ ਉਹਦੀ ਥਾਂ ਤੇ ਡਿਊਟੀ ਨਿਭਾਵਾਂਗੇ ਸੰਦੀਪ ਦੇ ਮੰਮੀ ਸੰਦੀਪ ਦੇ ਡੈਡੀ ਉਹਨੂੰ ਬ੍ਰਦਰ ਦੋਨੋਂ ਹਮੇਸ਼ਾ ਸਾਡੇ ਨਾਲ ਜੁੜ ਕੇ ਸੇਵਾ ਕਰਦੇ ਨੇ ਕੈਂਪ ਦੇ ਵਿੱਚ ਤੁਸੀਂ ਦੇਖਦੇ ਹੋ ਐਂਟਰੀਆਂ ਪਾਉਂਦੇ ਨੇ ਵੀਰ ਹੋਣੀ ਇਹ ਵਿੱਕੀ ਵੀਰ ਖੜਾ ਪਿੱਛੇ ਵੀਰ ਜੀ ਹੋਣੀ ਸਾਡੇ ਨਾਲ ਸੇਵਾ ਕਰਾਉਂਦੇ ਸੋਣੀ ਆਪਣਾ ਮਨਜੀਤ ਵੀਰਾ ਤੇ ਵਿੱਕੀ ਵੀਰ ਵੀ ਇੱਥੇ ਸਵੇਰੇ ਤੁਸੀਂ ਦੇਖਿਆ ਹਰ ਰੋਜ਼ ਸਾਡੇ ਨਾਲ ਆ ਕੇ ਆਪਣੇ ਸਮੇਂ ਚੋਂ ਸਮਾਂ ਕੱਢਦੇ ਨੇ ਸੰਦੀਪ ਭੈਣ ਦੇ ਮਾਤਾ ਜੀ ਜਿਨ੍ਹਾਂ ਨੇ ਨੀਲਾ ਸ਼ਾਲ ਲਿਆ ਹੋਇਆ ਇਹ ਸਾਡੇ ਉਹ ਮਾਤਾ ਜੀ ਨੇ ਜਿਨ੍ਹਾਂ ਨੇ ਸੰਦੀਪ ਭੈਣ ਨੂੰ ਜਨਮ ਦਿੱਤਾ ਚਾਹੇ ਅੱਜ ਉਹ ਮਾਂ ਦਾ ਦੁੱਖ ਤਾਂ ਉੱਡਾ ਹੀ ਹੁੰਦਾ ਜਦੋਂ ਧੀ ਚਲੇ ਜਾਂਦੀ ਆ ਪਰ ਅਸੀਂ ਹਮੇਸ਼ਾ ਮਾਂ ਨੂੰ ਇਹੀ ਭਰੋਸਾ ਦਿਵਾਉਂਦੇ ਰਹਿੰਦੇ ਆ ਵੀ ਉਹ ਗਈ ਕਿਤੇ ਨੀ ਉਹ ਇੱਥੇ ਹੀ ਆਪਣੇ ਵਿੱਚ ਹੀ ਆ ਸਾਡੇ ਵਿੱਚ ਹੀ ਆ ਉਹ ਤੇ ਉਹ ਜਿਉਂਦੀ ਰਹੂਗੀ ਸਾਡੀਆਂ ਯਾਦਾਂ ਦੇ ਵਿੱਚ ਨੀ ਸਾਡੀ ਸੋਚ ਦੇ ਵਿੱਚ ਅਸੀਂ ਉਹ ਸੋਚ ਨੂੰ ਹੋਰ ਅੱਗੇ ਲੈ ਕੇ ਜਾ ਸਕੀਏ ਤੇ ਜ਼ਰੂਰ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਡੀ ਉਸ ਭੈਣ ਨੂੰ
अपने कोले अपने चरणा च निवास बख्शन उन्होंने को इत्थे भी इदां दी कोई ड्यूटी बख्शन जिहड़ी करदे हो भैण दी सोच सी ते सानू जिहड़ी ओह ड्यूटी दे के गई है भैण असीं उस ड्यूटी नूं चंगे तरीके नाल कर सकीए इह वी अरदास करदे हां सच्चे पातशाह अग्गे ठीक है सिमरन कुछ होर कहना तूं ठीक है बस हालात साडे सामने इदां दे पैदा हो गए सीगे इह बच्ची दे दिमाग दे विच इदां दा इक जिवें तुहानूं बार बार दस रिहा डर फोबिया बैठ गया सीगा उहनूं उस भैण ने दूर किया काउंसलिंग कर करके समझा समझा के सानू गाइड किया सानू दस दस के भी आपू इदा ठीक कर सकते हैं इदा कर सकते हैं तो इदा दियाँ जिहड़ियां संदीप भैन दियाँ सेवावां चाहे वह साल डेढ़ दो साल ही साढ़े को रहे साड़ी इस सेवा दे विच पर उन्होंने बहुत वड्डा योगदान पाया साड़ी इस सोच नू अगे लैके जाण दे वास्ते मनुखता दी सेवा परिवार दे विच जिहड़े साडे फीमेल मैंबर ने रचना रिहाना होनी भैणां साडियां उन्हां नू उस टाइम संभालना उन्हां दी हर प्रॉब्लम नू देखना सानू समझाउणा उन्हां भैणां नू काउंसलिंग देनी वो साडे शायद बस की गल नहीं थी वह कानपुर वाहगुरू ने संदीप भैन को उस टाइम साढ़े को भेजा तो वह सारिया चीज़ों की उन्हें नॉलेज क्रिएट करके सानू दसी साड़ी हेल्प की जो अज साढ़े को करीब 20-22 परिवारक मैंबर ने जोड़े फीमेल मैंबर ने हूँ तक काफ़ी भैन जर भी जा चुकी तो कुछ साड़िया मावं उस कानपुर वाहगुरू के घर भी जा पहुंचिया वा पर शुरुआत दे विच शायद असीं उस टाइम डोल जांदे जी उदों संदीप भैन का साथ साढ़े नाल ना आता होर भी साढ़े वलंटियर मैंबर साढ़े नाल जुड़े हुए ने पर जो किरदार संदीप भैन ने साढ़े नाल उस टाइम अदा किया शायद वह साढ़े लिए बड़मुला सी ते अज तां ही असीं उस भैन दियां यादां नूं ताज़ा करन दी खातर अज दा जिहड़ा कैंपा उह संदीप भैन दे नाल दिला रहे हां ते वाहिगुरू अगे सारे मैंबर जरूर अरदास करे सच्चे पातशाह अगे भी साडी छोटी भैन नूं संदीप नूं सच्चे पातशाह सुख शांति अपने चरणा च निवास बख्शन उहनूं आवागमन दे चक्करां चों कढ के अपने कोई ना बोल कोई ना किचे को लो बैठे आ जा रे इदा के जेडे सा परिवार मैंबर साडिया मावं भैन जुड़िया जिन्हों बच्चिया का असं ट्रीटमेंट करा रहे हैं वो सारे पिछे साड़ी छोटी भैन का बहुत वड्डा हाथ था तो अज तुहानू दसना साढ़े वालों जरूरी सी जो तुसीं साडे बारे समझ सको असीं कितना इस सेवा नूं शुरू कर पाए हैं असीं कितना इस सेवा नूं अगे लैके जा पा रहे हैं सच्चे पातशाह तुहाडे सारे परिवारक मैंबरां नूं जिन्ने भी तुसीं आए हो साडे कोले जिहड़ियां जिहड़ियां प्रॉब्लमां लैके आए हो तुहाडियां छेती सारियां प्रॉब्लमां दूर करन सच्चे पातशाह तुहाडे परिवारक मैंबरां नूं चढ़दी कला बख्शन सच्चे पातशाह असीं अरदास करदे हां ते अज बड़े तुहानूं पता मौसम भी थोड़ा ठीक नहीं सीगा ते असीं संदीप भैण दे जन्मदिन ते बाहर कैंप बारे सोचिया सीगा वी उत्थे बाहर कैंप लावांगे सारा इदां करांगे उदां करांगे पर ओह वाहिगुरू दे घर दा ओहदे रंगां दा ओही जानकार आ पर सच्चे पातशाह ने सानूं छत बख्शदी आ वी जिहड़ा असीं इत्थे कैंप ला रहे हां ते सानूं इह बल बुद्धि बख्शदी आ वी जिहड़ा असीं इह सारा कुछ कर पा रहे हां ते सारे वीर भैण चढ़दी कला
ਸੱਚੇ ਪਾਤਸ਼ਾਹ ਤੁਹਾਡੇ ਘਰਾਂ ਦੇ ਵਿੱਚ ਤੰਦਰੁਸਤੀ ਬਖਸ਼ਣ, ਤੁਹਾਡੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਅਸੀਂ ਅਰਦਾਸ ਬੇਨਤੀ ਕਰਦੇ ਹਾਂ। ਤੁਸੀਂ ਵੀ ਸਾਰੇ ਜ਼ਰੂਰ ਅਰਦਾਸ ਕਰਿਓ ਸਾਡੀ ਛੋਟੀ ਭੈਣ ਦੀ ਜਿਹੜੀ ਆਤਮਾ ਦੀ ਸ਼ਾਂਤੀ ਵਾਸਤੇ। ਇੱਦਾਂ ਅੱਜ ਆਪਣੇ ਕੋਲ ਕਿੰਨੇ ਟੁੱਟ ਲਾਏ ਜਿਨ੍ਹਾਂ ਦੇ ਵਿੱਚੋਂ ਨਵੇਂ ਆ ਜਿਹੜੇ ਪਹਿਲੀ ਵਾਰ ਆਏ ਆ ਵੀਰ ਭੈਣ ਸਾਡੇ 42 ਪਰਿਵਾਰਕ ਮੈਂਬਰ ਨੇ ਤੇ ਜਿਹੜੇ ਪੁਰਾਣੇ ਆ ਉਹ 151 ਨੇ ਤੇ ਬੱਚੇ ਆ ਜਿਹੜੇ ਆਪੋ ਆਪਣੇ ਬੱਚਿਆਂ ਨੂੰ ਪ੍ਰੋਬਲਮਾਂ ਦੇ ਨਾਲ ਲੈ ਕੇ ਆਏ ਨੇ ਮਾਂ ਬਾਪ 12 ਬੱਚੇ ਆਏ ਨੇ ਤੇ 36 ਮਰੀਜ਼ ਨੇ ਜਿਹੜੇ ਅੱਖਾਂ ਦੇ ਨੇ ਜਿਨ੍ਹਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਕੋਈ ਪ੍ਰੋਬਲਮ ਆ ਕਿਤੇ ਲੈਂਜ ਪੈਂਦੇ ਆ ਕਿਤੇ ਕਿੱਦਾਂ ਤੇ ਕਿਤੇ ਟੋਟਲ 200 244 ਪਰਿਵਾਰ ਦੇ ਮੈਂਬਰ ਅੱਜ ਸਾਡੇ ਕੋਲ ਪਹੁੰਚੇ ਨੇ ਤੇ ਸਾਡੀ ਇੱਕੋ ਹੀ ਬੇਨਤੀ ਦੇਖੋ ਜਦੋਂ ਬਾਬਾ ਨਾਨਕ ਕਿਸੇ ਦਾ ਚਾਹੇ ਉਹ ਅੱਲਾ ਕਿਹੜਾ ਰਾਮ ਆ ਚਾਹੇ ਵਾਹਿਗੁਰੂ ਆ ਚਾਹੇ ਭਗਵਾਨ ਆ ਜਿਹਦਾ ਹੱਥ ਫੜਦਾ ਨਾ ਉਹ ਤੇ ਜੇ ਉਹੀ ਹੱਥ ਫੜਾਊਗਾ ਜੇ ਉਹੀ ਹੱਥ ਪਿੱਛੇ ਖਿੱਚੂਗਾ ਫਿਰ ਉਹ ਵੀ ਕੁਛ ਨੀ ਕਰ ਸਕਦਾ ਵਾਹਿਗੁਰੂ ਇਸ ਕਰਕੇ ਵਾਹਿਗੁਰੂ ਨੇ ਤੁਹਾਡਾ ਹੱਥ ਫੜਿਆ ਸਾਡੇ ਵਰਗੇ ਕਾਲਜੀਆਂ ਦਾ ਹੱਥ ਫੜਿਆ ਸਾਨੂੰ ਡਿਊਟੀ ਲਾਈ ਵੀ ਅਸੀਂ ਇਹਨਾਂ ਦੀ ਦਵਾਈਆਂ ਦੇਣੀਆਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਜ਼ਿਆਦਾਤਰ 20-30 ਸਾਲ ਹੋ ਗਏ 5-5-10 ਸਾਲ ਹੋ ਗਏ ਜਿਨ੍ਹਾਂ ਦੇ ਪੁੱਤ ਜਿਨ੍ਹਾਂ ਦੇ ਪੋਤੇ ਜਿਨ੍ਹਾਂ ਦੀਆਂ ਪੋਤੀਆਂ ਜਿਨ੍ਹਾਂ ਦੀਆਂ ਧੀਆਂ ਜਿਨ੍ਹਾਂ ਦੀਆਂ ਮਾਵਾਂ ਜਿਨ੍ਹਾਂ ਦੇ ਵੀਰ ਜਿਨ੍ਹਾਂ ਦੇ ਬਜ਼ੁਰਗ ਦਿਮਾਗ ਬਿਮਾਰੀਆਂ ਨਾਲ ਅੱਖਾਂ ਦੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਸੀ ਉਹਨਾਂ ਦੇ ਵਾਸਤੇ ਸੱਚੇ ਪਾਤਸ਼ਾਹ ਇੱਕ ਫ੍ਰੀ ਆਫ ਕਾਸਟ ਜਿਹਦਾ ਕੋਈ ਤੁਹਾਡਾ ਖਰਚਾ ਨਹੀਂ ਆਉਣਾ ਉਹਨਾਂ ਨੇ ਕੋਈ ਵੀ ਦਵਾਈ ਚਾਹੇ 5-7 ਰੁਪਏ ਚਾਹੇ 10-7 ਰੁਪਏ ਚਾਹੇ 2-7 ਰੁਪਏ
ਸਾਨੂੰ ਮਹਾਰਾਜ ਨੇ ਮਨ ਤੇ ਦਿਲ ਇਦਾਂ ਦਾ ਬਖਸ਼ਿਆ ਵੀ ਅਸੀਂ ਕਿਸੇ ਦੀ ਤਕਲੀਫ ਨੂੰ ਦੇਖ ਕੇ ਸਮਝਦੇ ਵੀ ਸਾਡੀ ਆਪਣੀ ਕਿਸੇ ਬਜ਼ੁਰਗ ਨੂੰ ਸੜਕ ਤੇ ਪੈਣ ਨੂੰ ਦੇਖ ਕੇ ਲੱਗਦਾ ਵੀ ਸਾਡਾ ਬਾਪ ਪਿਆ ਤੇ ਕਿਸੇ ਮਾਂ ਨੂੰ ਰੋਂਦੀ ਨੂੰ ਦੇਖ ਕੇ ਲੱਗਦਾ ਵੀ ਸਾਡੀ ਮਾਂ ਰੋਂਦੀ ਆ ਇਹੀ ਫਰਕ ਆ ਸਾਡੇ ਇਹੀ ਫਰਕ ਆ ਸਾਡੇ ਤੇ ਉਹਨਾਂ ਸਮਾਜ ਦੇ ਮੋਢੀਆਂ ਦੀ ਸੋਚ ਜਿਹੜੇ ਅੱਜ ਆਪਣੀ ਮਾੜੀ ਸੋਚ ਦੇ ਕਾਰਨ ਸਾਨੂੰ ਇਹਨਾਂ ਹਾਲਾਤਾਂ ਨੂੰ ਪਹੁੰਚਣਾ ਕਰਦਾ ਉਹਨਾਂ ਨੂੰ ਤੇ ਅੱਜ ਇਸ ਮਾਂ ਦੇ ਦੁੱਖ ਨੂੰ ਜੇ ਪੁੱਛੀਏ ਕਿ ਸੁਣੀਏ ਤੇ ਸ਼ਾਇਦ ਤੁਹਾਨੂੰ ਵੀ ਗੱਲ ਦੀ ਸਮਝ ਆ ਜਾਵੇ ਮਾਂ ਕਿ ਕਿੰਨੇ ਕੁ ਸਾਲਾਂ ਤੋਂ ਇੱਦਾਂ ਕਰਦਾ ਕੀ ਨਾਂ ਇਹਦਾ ਮਾਂ ਕਦੋਂ ਤੋਂ ਇੱਦਾਂ ਮੈਂ ਪਹਿਲਾਂ ਠੀਕ ਸੀ ਸਿਮਰਨ ਇੱਥੇ ਸਿਮਰਨ ਤੇਰੀ ਫੋਟੋ ਸਿਮਰਨ ਸਿਮਰਨ ਗੱਤਕਾ ਖੇਡ ਰਿਹਾ ਗੁਰਸਿੱਖ ਬੱਚਾ ਤੇ ਅੱਜ ਇਹ ਮਾਂ ਦਾ ਪੁੱਤ ਮਾਂ ਕੀ ਕਹਿੰਦਾ ਤੁਹਾਨੂੰ ਮਾਰਦਾ ਕੌਣ ਤਾ ਹਰਸਿਮਰਨ ਕਿੰਨਾ ਪੜਿਆ ਤੂੰ ਤੇਰਾ ਜੀ ਕਰਦਾ ਹੋਰ ਪੜ੍ਹਨ ਨੂੰ ਹਾਂਜੀ ਕੀ ਦਿੱਕਤ ਆ ਮੰਮੀ ਨੂੰ ਕਹਿੰਦਾ ਮਾਰਦਾ ਤੂੰ ਬਾਬਾ ਜੀ ਗੁੱਸਾ ਖੁਸ਼ੀ ਨੂੰ ਨੀ ਮਾਰਦਾ ਆਪਣੇ ਮਾਂ ਬਾਪ ਨੂੰ ਜਿੰਨੇ ਆਪਾਂ ਇੱਥੇ ਬੈਠੇ ਆਪਾਂ ਖੁਸ਼ੀ ਨੂੰ ਨੀ ਬੈਠੇ ਆਪਾਂ ਦੁੱਖ ਜਾਏ ਆਪਾਂ ਤਕਲੀਫ ਚ ਹਾਰੇ ਤੇ ਬੱਚੇ ਦਾ ਵੀ ਮਨ ਨੀ ਕੋਈ ਖੁਸ਼ ਹੁੰਦਾ ਕਿ ਮੈਂ ਆਪਣੀ ਮਾਂ ਨੂੰ ਮਾਰਾਂ ਬਿਮਾਰੀ ਵੀ ਏਦਾਂ ਦੀ ਆ ਬਿਮਾਰੀ ਬੜੀ ਛੋਟੀ ਆਏ ਜੇ ਦੇਖਿਆ ਜਾਵੇ ਸਕਿਜ਼ੋਫਰੇਨੀਆ ਬਿਮਾਰੀ ਚਾਹੇ ਜਿਵੇਂ ਡਿਮੈਂਸ਼ੀਆ ਬਿਮਾਰੀ ਆ ਦਿਮਾਗ ਦੀਆਂ ਕਈ ਏਦਾਂ ਦੀਆਂ ਬਿਮਾਰੀਆਂ ਡਿਜ਼ੀਜ਼ ਨੇ ਜਿਹੜੇ ਡਿਪਰੈਸ਼ਨ ਚ ਸਨਮਾਨਿਤ ਕਰਦੇ ਛੋਟੇ ਸਾਲ ਦੇ ਅੱਛਾ ਦੇਖੋ ਦੇਖੋ ਜੀ ਕਿੰਨਾ ਸੋਹਣਾ ਸੀ ਹਰਸਿਮਰਨ ਹਰਸਿਮਰਨਜੀਤ ਸਿੰਘ ਤੁਸੀਂ ਤੁਹਾਡਾ ਬੇਟਾ ਕਿਵੇਂ ਕੋਈ ਦਵਾਈ ਲੈਣੀ ਸੀ ਹਾਂ ਬਾਈ ਠੀਕ ਆ ਫਿਰ ਹੁਣ ਤੂੰ ਬੇਬੇ ਵੀ ਦੇਖੋ ਅੱਠ ਨੌ ਮਹੀਨੇ ਬਾਅਦ ਆਇਆ ਵਿਚਾਰੇ ਕੋਈ ਬੇਬੇ ਦੀ ਆਪਦੀ ਲੱਤ ਨਾ ਲੱਗੀ ਤੇ ਦੂਜਾ ਫਿਰ ਕੋਈ ਕੌਣ ਹੁੰਦਾ ਕੋਈ ਨੀ ਹੁੰਦਾ ਇਸ ਕਰਕੇ ਸਾਡੀ ਹਮੇਸ਼ਾ ਬੇਨਤੀ ਹੁੰਦੀ ਆ ਵੀ ਇਹਨਾਂ ਦੇ ਨਾਲ ਜ਼ਰੂਰ ਖੜਾ ਕਰੋ ਇਹਨਾਂ ਦੇ ਲੋੜਵੰਦਾਂ ਦਾ ਸਾਥ ਦਿਆ ਕਰੋ ਜਿਹੜੇ ਤੁਹਾਡੇ ਪਰਿਵਾਰਾਂ ਦੇ ਵਿੱਚ ਤੁਹਾਡੇ ਆਸ ਪਾਸ ਦੇ ਰਿਸ਼ਤੇ ਦੇ ਨੇ ਲੋਕ ਸਿਮਰਨ ਜੀ ਨੂੰ ਸਾਰੇ ਮਾਰੀ ਲੈ ਕੇ ਅੱਜ ਬਾਈ ਤੁਸੀਂ ਪਰਿਵਾਰ ਫਿਰ ਉਹਨੇ ਕਿਹਾ ਜਿਹੜੇ ਦਿਮਾਗ ਦੀ ਨਾ ਸਮਝੇ ਉਹ ਲੋਕ ਭੋਗ ਸੀ ਤਿੰਨ ਸਾਲ ਦਵਾਈ ਚ ਦਵਾਈ ਬਹੁਤ ਮਿਲੀ ਪ੍ਰਾਈਵੇਟ ਉੱਥੇ ਮੇਰਾ ਦੇਵਾ ਰਹਿੰਦਾ ਫਾਰਮ ਉੱਥੇ ਉਹਨੇ ਕਿਹਾ ਇੱਥੇ ਕਲਪ ਲੱਗਦਾ ਇੱਥੇ ਦਿਖਾ ਡਾਕਟਰ ਤੇ ਕਹਿੰਦੇ ਦਵਾਈਆਂ ਦੇ ਜਾ ਰਹੇ ਪਰ ਪਤਾ ਨੀ ਦਿਮਾਗ ਦੇ ਵਿਚ ਪਤਾ ਨੀ ਕੀ ਹੋ ਜਾਂਦਾ ਕਿ ਨਾ ਦੌਰੇ ਦੂਰ ਦੌਰਾ ਪੈ ਜਾਂਦਾ ਤੇ ਪੀਲੀ ਯਾਦ ਭੁੱਲ ਜਾਂਦੀ ਸਾਰੀ ਪੜਿਆ ਕਿੰਨਾ ਪੰਜ ਦਵਾਈ ਨੀ ਬੰਦ ਕਰਨੀ ਜਿਨ੍ਹਾਂ ਦੇ ਦਿਮਾਗੀ ਦੌਰੇ ਪੈਂਦੇ ਆ ਉਹਨਾਂ ਨੂੰ ਦਵਾਈ ਜਿਹੜੀ ਡਾਕਟਰ ਸ਼ੁਰੂ ਕਰਾਉਂਦਾ ਉਹ ਹੋ ਸਕਦਾ ਸਾਰੀ ਜ਼ਿੰਦਗੀ ਚੱਲੇ ਦਵਾਈ ਕਿਉਂਕਿ ਦਿਮਾਗ ਦੀ ਦੌਰੇ ਦੀ ਦਵਾਈ ਬਹੁਤ ਲੰਬੀ ਚੱਲਦੀ ਹੈ ਦਵਾਈ ਬੰਦ ਨੀ ਕਰਨੀ ਕਈ ਵਾਰ ਦਿਮਾਗੀ ਦੌਰਾ ਇਸ ਕਰਕੇ ਜ਼ਿਆਦਾ ਪੈਣ ਲੱਗ ਜਾਂਦੇ ਜਦੋਂ ਆਪਾਂ ਦਵਾਈ ਬੰਦ ਕਰਦੇ ਮਹਿੰਗਾ ਪੈਣ ਦਿਆ ਤੂੰ ਦਵਾਈ ਦਾ ਦਵਾਈ ਦੇ ਜਦੋਂ ਠੀਕ ਆ ਜਿਹੜੀਆਂ ਦੂਜੀਆਂ ਦਿਮਾਗੀ ਪ੍ਰੋਬਲਮਾਂ ਕਿਸੇ ਦੀਆਂ ਡਾਕਟਰ ਹੋ ਜਾਂਦਾ ਸਾਲ ਦੋ ਸਾਲਾਂ ਨੂੰ ਬੰਦ ਕਰ ਦੇਵੇ ਜਦ ਤੱਕ ਦਵਾਈ ਦੇਣਗੇ ਤਦ ਤੱਕ ਫਿਰ ਤੁਹਾਨੂੰ ਫ੍ਰੀ ਦਵਾਈ ਮਿਲੇਗੀ ਮਹਿੰਗਾ ਦੇਣਾ ਮਿਲੇਗਾ।
ਬਸ ਸੱਚੇ ਪਾਤਸ਼ਾਹ ਅੱਗੇ ਨਾਮ ਦੇ ਨਾਲ ਸਾਨੂੰ ਬਾਹਰ ਸੱਚੇ ਪਾਤਸ਼ਾਹ ਪ੍ਰਮਾਤਮਾ ਤੋਂ ਵੀ ਬਖਸ਼ਣ ਅੱਜ ਮੰਨੇ ਨੂੰ ਬੋਲਦੇ ਆ बापू जी कितने सुखा हो भी सुख गया कि वाहगुरु छोटा जा बच्चा अपने दादा दादी के नाल आया बापू दलां सुन के बड़ा मन दुखी होया हो पहला गल करते हैं परिवार बारे इतने आगे बेटे जी इतने आगे मां जिड़ी दादी है सुखिया की उदो उठना बैठना भी बड़ा मुश्किल होता क्योंकि इस उम्र च बड़े उगड़ा लग जाते हैं बापू बुजुर्ग दसिया इन्होंने जिरा इस परिवार के सुखे ने मम्मी है वह भी बोल नहीं सकते ना सुन सकते सुखा भी बिल्कुल ठीक नहीं है घर के सांभ संभाल वास्ते जरा माता जी का बेटा सुखे का डैडी ओना भी पूरा टुट गया फिर हम ठीक होया हम सब लग गया बापू भी सांभ संभाल करते इन्होंने बड़े इलाज कराए आपने बजे जिते जिते भी पता लग गया उधर उधर लेके जा गया सुखे को पर कितों भी दुर्भाग्य मिल गया बाबा जी के पोते ने एक पोती बाबा जी का पोता वा एक होर तो वाला वह भी मंजे से पिया वह भी फिजिकल डिसेबल ना 19 साल हो गए मंजे के पैर सादा पानी सुखा परिवार मंजे के पैर में रोटी पानी प्रबंध पास रखा जाता दूसरा पोता बापू का यह मैडिक ठीक नहीं इतने रौला पाए जो सिर मारता आपका कहना सिर मारता अपना जमीन से ऐसा सिर कैडेट रोबोट कर लगा हथ ऐसा जमीन से मारी जाता थले दादी दादी मेरे को देख नहीं हूं जो क्योंकि यह करता मेरे को कि मैं टाइम तो ऐसा चाहते सिर को मार देना ਇਹ 2 ਸਾਲ ਦਾ ਹੋ ਗਿਆ ਤਾਂ 2 ਸਾਲ ਤੇ ਬਾਅਦ ਲੱਗ ਗਿਆ ਖਾਣਾ ਫੇਰ ਮਾਰਨਾ ਪਹਿਲਾਂ ਤਾਂ ਇਹ ਤੋਂ ਉੱਦਾਂ ਨਹੀਂ ਰਹੇਗਾ ਇਹਨਾਂ ਇਹਨਾਂ ਦੁੱਧ ਪਾਣਾ ਮਾੜਾ ਹੋਣਾ ਚਿੜੀ ਦੇ ਬੱਚੇ ਨੂੰ ਪਾਣਾ ਫਿਰ 2 ਸਾਲ ਤੋਂ ਮਾੜਾ ਜੀ ਕਰਨ ਲੱਗਿਆ ਗੱਲ ਹੋਣੀ ਇਹਨਾਂ ਕੰਧਾਂ ਦੇ ਫੇਰ ਮਾਰਨੇ ਫਿਰ ਕਦੇ ਕੰਧਾਂ ਦਾ ਮਾਰਦਾ ਧਰਤੀ ਵਿੱਚ ਮਾਰਦਾ ਫਿਰ ਬਹੁਤ ਅੱਖਰੀ ਚੀਜ਼ ਦੀ ਕਿਸਾਨ ਪਾਇਆ ਗਿਆ ਵਾਲਾ ਵੀ ਮਾਰ ਕੇ ਕੰਧਾਂ ਵਿੱਚ ਚੰਗੀ ਕਿਸਮਤ ਹੋ ਜਾਵੇ ਇਹ ਕਾਨਪੁਰ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਕੇ ਦੂਰ ਪਹੁੰਚਾਇਓ ਤੇ ਤੁਸੀਂ ਵੀ ਅਰਦਾਸ ਕਰਿਓ ਕਿ ਦਾਦੀ ਦਾ ਪੋਤਾ ਠੀਕ ਹੋ ਜਾਵੇ ਦਾਦੀ ਦੇ 2 ਪੋਤੇ ਆ ਦੋਨੇ ਇਹਨਾਂ ਹਾਲਾਤਾਂ ਦੇ ਇੱਕ ਮਰਜ਼ੇ ਦੇ ਪਿਆ ਇੱਕ ਨੂੰ ਦੁਨੀਆਂ ਦੀ ਸਭ ਤੋਂ ਪੋਤੀ ਇੱਕ ਵੀ ਪਾਤੀ ਕਰਦੀ ਆ ਉਹਦੇ ਤੇ ਵਿਅਕਤੀ ਨੂੰ ਆਸਾ ਵਾ ਉਹਨੂੰ ਭਰਾ ਬਣਾ ਵੀ ਰਹੇ ਘਰ ਦੇ ਵਿੱਚ ਇੰਨੀਆਂ ਜਹਿਮਤਾਂ ਇਕੱਠੀਆਂ ਹੋਈਆਂ ਹੋਈਆਂ ਕੀ ਉਮੀਦ ਕਰ ਸਕਦੇ ਹਾਂ ਕੀ ਉਮੀਦ ਕਰ ਸਕਦੇ ਹਾਂ ਅਸੀਂ ਸਾਡੇ ਸਮਾਜ ਤੋਂ ਮਾਤਾ ਦਾਦੀ ਵੀ ਜੇ ਮੇਰਾ ਪੋਤਾ ਕਿਸੇ ਘਰ ਦਰਵਾਜ਼ੇ ਨੂੰ ਲਗਾਇਆ ਹੁੰਦਾ ਜਾਂ ਕਿਸੇ ਨੇ ਕੋਈ ਜਾ ਕੇ ਇੱਦਾਂ ਦੀ ਗੱਲ ਕਰ ਦਿੰਦਾ ਤੇ ਬੱਚੇ ਸ਼ਰਾਰਤਾਂ ਕਰਦੇ ਹੁੰਦੇ ਤੇ ਕੁੱਟਦੇ ਆ ਲੋਕ ਮਾਰਦੇ ਨੇ ਲੋਕ ਨੂੰ ਤੇ ਲੋਕ ਕਹਿੰਦੇ ਆ ਬੰਨ ਕੇ ਕੋਈ ਮਾਰਕ ਨੂੰ ਨਹੀਂ ਛੱਡਿਆ ਹੋਇਆ ਇਹ ਸੁਣਨਾ ਪੈਂਦਾ ਗੱਡੀ ਤੋਂ ਵੱਧ ਤੋਂ ਵੱਧ ਉਹ ਗੱਡੀ ਵਾਲੇ ਕਹਿੰਦੇ ਬੰਦ ਕਰਦੇ ਬੰਦ ਕਰ ਦਿੰਦਾ ਬਹੁਤ ਮੁੰਡਾ ਆਦਮੀ ਉੱਤਰ ਰਿਹਾ ਤਬੜਾ ਖੁਦਾ ਦੇ ਰੱਖੇ ਗਾ ਉਹ ਕੋਲ ਰਿਹਾ ਫਿਰ ਆਦਮੀ ਨੂੰ ਦੱਸਿਆ ਕੀ ਕਹਿੰਦੇ ਰੋਟੀ ਕਿਉਂ ਫੇਰ ਵੱਜ ਗਿਆ ਫਿਰ ਦਾਦੀ ਉਹ ਹੁੰਗੀ ਨਾਲੀ ਦੀ ਭੈਣ ਕੋਲ ਜਾ ਕੇ ਗਈ ਉਹਨਾਂ ਕੁੱਟਿਆ ਫਿਰ ਉਹ ਉਹਨਾਂ ਵੀ ਮਾਰ ਲਓ ਅੱਗੀ ਫਿਰ ਆਦੀਆਂ ਗੱਲਾਂ ਸਵੇਰ ਨੂੰ ਫਿਰ ਲੱਠਾ ਹੀ ਬਣਾਉਂਦਾ ਲੱਠਾ ਕੋਲ ਜਾ ਕੇ ਵੱਜ ਗਿਆ ਬਾਪੂ ਹਾਂਜੀ ਦੂਜਾ
काफी फर्क पै गया जी। अज सुबह दोबारा दवाई लैन आया, सुखबीर की चंगी सेहत करके अरदास करो ते सच्चे पातशाह इन्हां दे बच्चों के दिल पर हाथ रखो, जिहड़े मां जिन्हां दी आजादी दे नाते बड़े मुश्किल नाल पाल रहे ने इन्हां नूं, ते साडा हक बनदा मदद करिए शायद मां की पता नहीं की मजबूरी होनी है जी अपने पुत नए बड़े पुत के जाना पैसा अज तो 15 मिनट पहले साए थे हैप्पी ने लैके सानू इन्होंने दसिया भी जिहड़ा यह बच्चा वा इन दिमागी प्रॉब्लम आ कोई भी असि दवाइया लैण बारे गल करते हैं तो जिम्मे असि बेनती की असि रखते नहीं गए असि दवाई दवा सकते हैं भैन ने पता नहीं बेचारे की मन आई इन्हें अपने बच्चे छड़ के जाने भली समझी चलो शायद आपके संभाल लैन गए उस बाद लगे भैन पता नहीं कद छी संगत नू बेनती भी की वीडियो ये बच्चा जे कोई जानता पहचानता जरूर संपर्क करे तो फिर सानू पता लग्या रोपड़ गुरुद्वारा साहब दे विच बच्चा सेवा करदा सी काफी लंबे समय तो फिर उत्थों संगत ने दस्सिया फिर हैप्पी ने मम्मी ने भी सानू फोन आ गया वीरे भी पहली साडे ते गई सी वी मेरी मजबूरी सी वी मैनू ऐसी इत्थे लै के ठीक हो जाऊंगा फिर भैन नू बुलाया भी भैन नू इत्थे आ जा आपां इहदी दवाई दा इंतजाम करदे आ भी ठीक हो जाऊंगा भैन साडे कोल आई नूं 4-5 दिन हो गया इत्थे साडे कोल रह के साडे नाल सेवा करवा रहे ने भैन ते दूजे भैणां दी वी माता उहनां दी वी साडे नाल सेवा करवाउंदे ते आउण वाली जिहड़ी जिंदगी आ हैप्पी दी ओह चंगी निकले इह अरदास करिओ सारे जणे इस भैण दी जिहड़ी मजबूरी आ वी हैप्पी नूं संभालणा हैप्पी दी केयर करनी ओह जिहड़ी प्रॉब्लम आ हैप्पी दी ठीक हो जावे इस भैन नू अपने बच्चे नू कितें छड्डणा ना पवे ते जरूर अरदास बेनती करे सच्चे पातशाह के एदा दी मावां किन्नियां मजबूर हो जांदियां जिन्हां दे पुत कुटदे मारदे आ छोटे भैन भरावां ते वी हथ चकदे आ तां फिर मजबूर हो के मां बाप करन ते करन की कोई साथ नहीं दिंदा कोई साथ नहीं दिंदा हैप्पी दा डैडी ट्रक चलाउंदे ने ओह 20-20 दिन 25-25 दिन घरे नहीं आउंदे क्योंकि बच्चों भी पालना एक भेने किन्ने बच्चे थोड़े दूजे की करते छोटा कॉलेज करता मारदा उन्होंने भी इन्हों टिकने नहीं दिता है जो ओ सामना बैठ दें आन के कपड़े अपने फाड़ दिता उन्होंने भी फाड़ दिता और मारदा बहुत घर दी चीजा तोड़ दिता मम्मी डैडी के घर रेंदे सानू एक कमरा दिता वा नानके रेंदे साडे को घर नहीं है असि बहार रेंदे ते बहार भी नहीं हरकत कर 2014 उ सानू भेजना पे बार बार इंदौर रेंदे उ तोड़ा तोड़ी करता इस करके मकान वाले ने कहता भी जाओ
ਫਿਰ ਅਸੀਂ ਉਰੇ ਲੈ ਕੇ ਆਏ ਹੋ ਟਿੱਬੀ ਸਾਹਿਬ ਗੁਰਦੁਆਰਾ ਨੇ 5 ਸਾਲ ਸੇਵਾ ਕਰੀ ਲੇਕਿਨ ਉਹ ਗੁਰਦੁਆਰਿਆਂ ਨੇ ਇਹਦਾ ਇਲਾਜ ਨਹੀਂ ਕਰਾਇਆ ਜਦ ਜਿਆਦਾ ਦਿਮਾਗੀ ਤੌਰ ਤੇ ਫੈਕਟਰ ਹੋ ਗਿਆ ਔਰ ਇਹਨੂੰ ਕੱਟ ਤਾਂ ਵੀ ਕਹਿਤਾ ਵੀ ਜੋ ਅਸੀਂ ਰੋਣ ਤੇ ਛੱਡ ਦਿੱਤਾ 5 ਸਾਲ ਤੱਕ ਗੁਰਦੁਆਰੇ ਨੇ ਸੇਵਾ ਕਰਾਈ ਔਰ ਇਹਦਾ ਇਲਾਜ ਨਹੀਂ ਕਰਾਇਆ ਪਰ ਬਾਬਾ ਜੀ ਨੇ ਸਪੈਸ਼ਲ ਸੇਵਾ ਵੀ ਲਈ ਉਹ ਨਹੀਂ ਤਾਂ ਇਹਨੂੰ ਅੱਜ ਛੱਡ ਦੇਣਾ ਸੀ ਰੋਡ ਤੇ ਬਾਹਰ ਅਸੀਂ ਇਸ ਕਰਕੇ ਤੰਗ ਤੇ ਵੀ ਸਾਡੇ ਘਰ ਨਾ ਲਾਇਟ ਆ ਤਾਲੇ ਲੱਗੇ ਵੀ ਲੈਟਰਿੰਗ ਬਾਥਰੂਮ ਨੂੰ ਫਿਰ ਮੰਮੀ ਡੈਡੀ ਨੇ ਤਾਲੇ ਲਾ ਦੇ ਕਿ ਉਹ ਤੇ ਘਰ ਤੇ ਨਿਕਲ ਜਾਓ ਹੁਣ ਇਹ ਵੀ ਨਾਲੀ ਨੂੰ ਵੀ ਬੰਦ ਕਰ ਦਿੰਦਾ ਅਸੀਂ ਬਾਹਰ ਤੋਂ ਪਾਣੀ ਭਰਦੇ ਬਹੁਤ ਬੜੀ ਪ੍ਰੋਬਲਮ ਹੈ ਆਪਣੇ ਭਾਈ ਨੂੰ ਕੁੱਟ ਦਿੰਦਾ ਪੱਗਾਂ ਪਾੜ ਦਿੰਦਾ ਕੱਪੜੇ ਤੋੜ ਪਾੜ ਦਿੰਦਾ ਚਲੋ ਭੈਣੇ ਬਾਬਾ ਨਾਨਕ ਕਿਰਪਾ ਕਰੋ ਪਾਤਸ਼ਾਹ ਕੇ ਅਰਦਾਸ ਕਰੋ ਜੀ ਹੈਪੀ ਦੀ ਸਿਹਤ ਆਪੀ ਲਈ ਹੈਪੀ ਠੀਕ ਹੋ ਜਾਵੇ ਹੈਪੀ ਆਪਣੇ ਭੈਣਾਂ ਭਰਾਵਾਂ ਦੇ ਵਿਚ ਪਿਆਰ ਨਾ ਰਹੇ ਹੈਪੀ ਦੀ ਦਿਮਾਗੀ ਜਿਹੜੀਆਂ ਪ੍ਰੋਬਲਮ ਉਹ ਛੇਤੀ ਠੀਕ ਹੋ ਜਾਣ ਅੱਜ ਸਾਡੇ ਕੋਲ ਜਿੰਨੇ ਵੀ ਪਰਿਵਾਰ ਦੇ ਮੈਂਬਰ ਸਾਡੇ ਕੋਲ ਪਹੁੰਚੇ ਉਹਨਾਂ ਦੇ ਵਿਚੋਂ ਅੱਜ ਤਾਂ ਵੀਰੇ ਆਜੋ ਕੇ ਮਾਤਾ ਜੀ ਆਜੋ ਕੇ ਆਜੋ ਕੇ ਵੀਰੇ ਆਜੋ ਤੁਸੀਂ ਮਾਤਾ ਜੀ ਹੁਣ ਕਿਵੇਂ ਵੀਰਾ ਠੀਕ ਹੈ ਵੀਰੇ 25-26 ਸਾਲ ਹੋ ਗਏ ਬੇਟਾ ਮੈਨੂੰ ਧੱਕੇ ਖਾਂਦੀ ਅੱਛਾ ਜੀ ਕੋਈ ਮੈਂ ਡਾਕਟਰ ਨੂੰ ਛੱਡਿਆ ਕੋਈ ਬਾਬਾ ਨੂੰ ਛੱਡਿਆ ਮੈਂ ਪਹਿਲਾਂ ਝੂਠ ਖਾਂ ਕਰ ਅਮਰੇ ਛੱਡਿਆ ਵਾ ਤਾਂ ਜਾਂਦੀ ਉੱਠੀ ਇੱਥੇ ਘੰਟਾ ਕੋਈ ਨੀ ਰਾਜਾ ਕੰਮ ਕਰਦਾ ਤਾਂ ਪਰਛਾਈ ਨਾਲ ਮੈਂ ਪੈਸਾ ਕਿਸੇ ਨੇ ਲਿਆ ਮੈਂ ਕਿਉਂ ਖਾਂਗਾ ਮੈਂ ਛਾਣਾ ਤਾਂ ਗਈ ਬਾਬਾ ਨਾਨਕ ਪੁਰ ਛੱਡ ਦਾ ਵੀ ਕਹਿ ਤਾਂ ਉਰੇ ਠੀਕ ਹੈ ਪਾਠ ਕਰਨਾ ਗਿਰ ਗਿਆ ਪਾਠ ਕਰਨਾ ਗੁਟਕਾ ਗਿਰਨਾ ਪਛਾਣਨਾ ਕਰਮਜੀਤ ਸਿੰਘ ਦੇ ਦੋ ਨਿੱਕੇ ਨਿੱਕੇ ਬੱਚੇ ਆ ਵਿਆਹ ਭਰਿਆ ਵੀਰ ਅੱਜ ਵੀਰ ਤੁਹਾਡੇ ਸਾਹਮਣੇ ਖੜਾ ਸਵੇਰ ਦੇ ਸਾਡੇ ਕੋਲ ਆਏ ਆ ਮਾਤਾ ਜੀ ਨੇ ਸਵੇਰੇ ਦੱਸਿਆ ਵੀ ਪੁੱਤ ਮੇਰਾ ਪੁੱਤ ਹੁਣ ਜਮਾ ਠੀਕ ਹੋ ਗਿਆ ਕੋਈ ਕੰਮ ਤੇ ਲੱਗਣਾ ਚਾਹੁੰਦਾ ਕਰੀਏ ਕੀ ਹੁਣ 25 ਸਾਲ ਹੋ ਗਏ ਬਹੁਤ ਕੁਛ ਕੀਤਾ ਪਰ ਕੋਈ ਫਰਕ ਨੀ ਪਿਆ ਚਾਹੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵੀਰ ਕਹਿੰਦਾ ਮੈਂ ਹੁਣ ਕੰਮ ਤੇ ਲੱਗੂਗਾ ਮੈਂ ਆਪਣੇ ਬੱਚਿਆਂ ਦੀ ਜਿੰਮੇਵਾਰੀ ਵੀ ਚੁੱਕੂਗਾ ਆਪਣੇ ਪਰਿਵਾਰ ਦੀ ਜਿੰਮੇਵਾਰੀ ਵੀ ਚੁੱਕੂਗਾ ਉਰਾ ਕਿਉਂ ਉਹਨਾਂ ਨੂੰ ਦੁਖੀ ਕਰ ਰਹੀ ਆ ਗੁਰਦੁਆਰੇ ਦਾ ਜੈਕਾਰੇ ਬੁਲਾਉਣੇ ਇਸ ਨੇ ਪਾਠ ਨਾ ਕਰਨ ਦੇਣਾ ਪਾਰਟੀ ਨੂੰ ਉਹਨਾਂ ਕਹਿਣਾ ਕੱਲ ਨੂੰ ਬੇਲ ਲੋ ਆਵੇ ਦਾਰਲਖਾਨੇ ਨਾਲ ਬੇਲ ਲੋੜਾ ਕਰਿਆ ਉਹਨਾਂ ਨੂੰ ਉਹਦਾ ਬਾਪ ਲੱਗਿਆ ਫਲ ਨੂੰ ਬਾਪ ਇਹਨਾਂ ਭਗਾਟੋ ਨੂੰ ਮਾਰਿਆ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਣ ਵਾਲੇ ਨੂੰ ਤੇ ਜਿੰਨੇ ਵੀ ਇੱਥੇ ਸਾਡੇ ਕੋਲ ਅੰਦਰ ਆਇਆ ਡਾਕਟਰ ਨੇ 40 ਮਰੀਜ਼ਾਂ ਦਾ ਕੀ ਬਣੇਗਾ ਕਿ ਅੱਜ ਅੱਜ ਸਾਡੇ ਕੋਲ 37 ਪਰਿਵਾਰਕ ਮੈਂਬਰ ਆਏ ਸੀ ਸਾਡੇ ਜਿਨ੍ਹਾਂ ਦੀ ਅੱਖਾਂ ਦੀਆਂ ਪ੍ਰੋਬਲਮਾਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ 9 ਜਾਣਿਆਂ ਨੂੰ ਡਾਕਟਰਾਂ ਨੇ ਦੱਸਿਆ ਵੀ ਅੱਖਾਂ ਦੇ ਆਪਰੇਟ ਹੋਣੇ ਆ ਉਹਨਾਂ ਦੇ ਜਿਨ੍ਹਾਂ ਦੇ ਵੀ ਅੱਖਾਂ ਦੇ ਮਰੀਜ਼ਾਂ ਦੇ ਆਪਰੇਸ਼ਨ ਹੋਣੇ ਆ 16 ਤਰੀਕ ਨੂੰ ਸਾਡੇ ਇੱਥੇ ਕੈਂਪ ਲਾਇਆ ਜਾ ਰਿਹਾ ਸਾਡਾ ਛੋਟਾ ਵੀਰ ਵੀਰਿੰਦਰ ਸਿੰਘ ਗਰੇਵਾਲ ਜੋ ਸਾਨੂੰ ਲੈ ਕੇ ਚੱਲਿਆ ਗਿਆ ਸੀਗਾ ਉਹਦੀ ਚਾਰਜ ਤੇ ਸਰਬਜੀਤ ਸਿੰਘ ਗਰੇਵਾਲ ਉਹ ਸਾਡਾ ਛੋਟਾ ਵੀਰ ਉਹਨਾਂ ਦੋਨਾਂ ਦੇ ਚਾਰਜ ਦੇ ਵਿੱਚ ਅਸੀਂ 16 ਮਾਰਚ ਨੂੰ ਕੈਂਪ ਲਾਉਣ ਜਾ ਰਹੇ ਹਾਂ ਅੱਖਾਂ ਦਾ ਕੈਂਪ ਹੋਊਗਾ ਜਿਹਦੇ ਵਿੱਚ ਅੱਖਾਂ ਦੇ ਆਪਰੇਸ਼ਨ ਚੈੱਕਅਪ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਤੇ ਜੇ ਕੋਈ ਵੀ ਵੀਰ ਭੈਣ ਇਸ ਤੋਂ ਬਿਨਾਂ ਵੀ ਸਾਡੇ ਕੋਲ ਇਸ ਕੈਂਪ ਚ ਸ਼ਾਮਲ ਹੋਣਾ ਚਾਹੁੰਦਾ ਤਾਂ ਸਾਡੇ ਕੋਲ ਆ ਕੇ ਇੱਥੇ ਸ਼ਾਮਲ ਹੋ ਸਕਦੇ ਹੋ ਤੇ 9 ਪਰਿਵਾਰਕ ਮੈਂਬਰਾਂ ਦੇ ਸਾਡਿਆਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਆ ਉਹ 16 ਤਰੀਕ ਨੂੰ ਸਾਡੇ ਕੋਲ ਇੱਥੇ ਸਵੇਰੇ ਸਾਹਿਬ 7 ਵਜੇ ਨੂੰ ਪਹੁੰਚ ਜਾਣ ਆਪੋ ਆਪਣੇ ਆਧਾਰ ਕਾਰਡ ਲੈ ਕੇ ਉਹਨਾਂ ਦੇ ਆਪਰੇਸ਼ਨ ਕਰਵਾਏ ਜਾਣਗੇ
इस तो पहला वाले कैंप च भी साडे कोल करीब 16-17 मेंबर सीगे जिन्हां दे ऑपरेशन होने उन्हां नूं बेनती है भी तुसीं जरूर इस कैंप दे विच आओ ते आ के तुसीं अपने अक्खां दे ट्रीटमेंट करा सकदे हो। बाबू जी किवें हो? ठीक हो। होर किसे दी कोई प्रॉब्लम होवे जिहड़ी साडे नाल कोई डिस्कशन चाहुंदा होवे ते जां किसे दा बच्चा किसे दी भैण भरा ठीक होया होवे ओ अपनी दास्तां दसना चाहुंदा होवे भी असीं हुण किन्ना फर्क पै गया साडा किन्ने ठीक होया जी ਹਰਮਿੰਦਰ ਸਿੰਘ ਠੀਕ ਆ ਮੇਰੇ ਤੋਂ ਇਹ ਪੁਰਾਣੀਆਂ ਵੀਡੀਓ ਚੱਕ ਕੇ ਦੇਖਿਆ ਕਰੋ ਸਾਡੀਆਂ ਕੰਪੇਅਰ ਕਰਿਆ ਕਰੋ ਵੀ ਪਰਵਿੰਦਰ ਸਿੰਘ ਦੇ ਅੱਜ ਦੇ ਪਰਵਿੰਦਰ ਤੇ ਉਦੋਂ ਵਾਲੇ ਪਰਵਿੰਦਰ ਚ ਕੀ ਫਰਕ ਪਿਆ। ਅੱਗੇ ਲੈ ਆਓ ਇੱਥੇ ਲੈ ਆਓ ਇੱਥੇ ਲੈ ਆਓ ਮਾਤਾ ਜੀ ਨੂੰ ਵੀ ਲੈ ਆਓ ਨਾਲ। ਇਹ ਬਾਪੂ ਜੀ ਹੁਣ ਦਵਾਈ ਦਾਰੂ ਵਧੀਆ ਖਾਂਦਾ ਕੰਮ ਕੁਮ ਕਰਨ ਲੱਗ ਗਿਆ ਕਿ ਨਹੀਂ ਹੈ ਜੀ? ਆਪਦੀ ਕਿਰਿਆ ਸਦਨ ਲੱਗ ਗਿਆ ਪੂਰੀ ਸਫਾਈ ਰੱਖਦਾ ਕਿਵੇਂ ਬਾਪੂ ਖੁਸ਼ੀ ਹੁੰਦੀ ਆ? ਇਹ ਗੁਜਰਾਂ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਵੀਰ। ਇਹ ਗੁਜਰਾਂ ਨੇ ਇਹਨੂੰ ਹੁਸ਼ਿਆਰਪੁਰ ਤੋਂ ਪਿੰਡ ਦੇ ਵੀਰ ਦੇ ਤੋਂ ਚੜਾ ਕੇ ਲੈ ਕੇ ਆਏ। ਜਰਦੌਲੀ ਪਿੰਡ ਦਾ ਨੌਜਵਾਨ ਹੈ ਇਹ ਜਰਦੌਲੀ ਪਿੰਡ ਦੇ ਨੌਜਵਾਨ। ਬਾਈ ਜੀ ਚੁੱਪ ਦਾ ਦਾਨ ਬਖਸ਼ਦੇ ਜੀ। ਜਰਦੌਲੀ ਪਿੰਡ ਚ ਕਿਸੇ ਨੇ ਫੋਨ ਕਰਕੇ ਦੱਸਿਆ ਵੀ ਤੁਹਾਡੇ ਪਿੰਡ ਦਾ ਨੌਜਵਾਨ ਇੱਥੇ ਸਾਡੇ ਪਿੰਡ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿਚ ਗੁਲਾਮ ਬਣਾ ਕੇ ਰੱਖਿਆ ਗੁਜਰਾਂ ਨੇ ਵੀ ਉਹਨੇ ਸਾਨੂੰ ਦੱਸਿਆ ਪਲਵਿੰਦਰ ਸਿੰਘ ਪਿੰਡ ਦਾ ਉਹਦਾ ਨਾਂ। ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਪ੍ਰੋਗਰਾਮ ਬਣਾਇਆ ਉੱਥੇ ਜਾ ਪਹੁੰਚੇ ਜਾ ਕੇ ਜਦੋਂ ਉਹਨੂੰ ਗੁਜਰਾਂ ਦੇ ਵਾੜੇ ਨੂੰ ਘੇਰਾ ਪਾਇਆ ਉਹਦੇ ਵਿਚੋਂ ਦੋ ਨੌਜਵਾਨ ਨਿਕਲੇ ਇੱਕ ਪਲਵਿੰਦਰ ਸਿੰਘ ਪਿੰਦਾ ਤੇ ਇੱਕ ਦੂਜੇ ਦਾ ਨਾਂ ਕੀ ਸੀਗਾ? ਠੀਕ ਆ ਜੀ। ਤੇ ਉਹ ਦੋਨਾਂ ਜਾਣਿਆਂ ਨੂੰ ਉਥੋਂ ਉਨ੍ਹਾਂ ਨੇ ਆਜ਼ਾਦ ਕਰਾਇਆ ਵੀਰਾਂ ਨੇ ਆਜ਼ਾਦ ਕਰਾ ਕੇ ਤੇ ਸਾਡੇ ਕੋਲ ਲੈ ਕੇ ਆਏ। ਅਸੀਂ ਵੀਡੀਓ ਵੀ ਸ਼ੇਅਰ ਕੀਤੀ ਸੋਸ਼ਲ ਮੀਡੀਆ ਤੇ। ਇਹ ਮਾਪੂ ਦਾ ਪੁੱਤ 10 ਸਾਲ ਪਹਿਲਾਂ ਗੁੰਮ ਗਿਆ ਸੀਗਾ। ਬਾਪੂ ਕਿੰਨਾ ਟਾਈਮ ਪਹਿਲਾਂ ਗੁੰਮਿਆ ਸੀ? ਇਹਨੂੰ ਜੀ ਹੁਣ 11ਵਾਂ ਲੱਗ ਗਿਆ। 11 ਸਾਲ ਹੋ ਗਏ ਬਾਪੂ ਦੀ ਅੱਖਾਂ ਦੇ ਹੰਝੂ ਦੱਸਦੇ ਆ ਬਾਪੂ ਆਪਦੇ ਪੁੱਤ ਨੂੰ ਕਿੰਨਾ ਪਿਆਰ ਕਰਦਾ। ਬਾਪੂ ਦਾ ਪੁੱਤ ਦਵਾਈਆਂ ਬਾਪੂ ਨੂੰ ਦਵਾਉਂਦਾ ਸੀਗਾ ਵਧੀਆ ਕੰਮ ਕਾਰ ਵੀ ਕਰਦਾ ਸੀ ਬਸ ਘਰੋਂ ਨਿਕਲ ਗਿਆ। ਇੱਦਾਂ ਦੇ ਲੋਕ ਬੈਠੇ ਨੇ ਅੱਜ ਹੋਲਾ ਮਹੱਲਾ ਬਣਾ ਰਹੇ ਆਨੰਦਪੁਰ ਸਾਹਿਬ ਮੇਲਾ ਹੋਣਾ ਉਥੋਂ ਸੈਂਕੜਿਆਂ ਦੀ ਗਿਣਤੀ ਚ ਨੌਜਵਾਨ ਗਾਇਬ ਹੋ ਜਾਣੇ ਪਰ ਨਾ ਸਾਡੀਆਂ ਸਰਕਾਰਾਂ ਦਾ ਧਿਆਨ ਆ ਨਾ ਸਾਡੇ ਸਿਸਟਮ ਦੀ ਕੋਈ ਇਹਦੇ ਤੇ ਜ਼ਿੰਮੇਵਾਰੀ ਬਣਦੀ ਆ। ਕੋਈ ਵੀ ਮੰਦਬੁੱਧੀ ਬੰਦਾ ਬੱਚਾ ਟਰਾਲੀ ਚ ਬੈਠ ਕੇ ਆਪਦੇ ਪਿੰਡ ਦੇ ਨਾਲ ਪਿੰਡ ਦੇ ਬੰਦਿਆਂ ਦੇ ਨਾਲ ਚਲੇ ਜਾਂਦਾ ਮੇਲਾ ਦੇਖਣ ਉਥੇ ਉਹ ਦਰਿੰਦੇ ਲੋਕ ਉਥੇ ਉਹ ਦਲਾਲ ਲੋਕ ਜਿਹੜੇ ਬੱਚਿਆਂ ਨੂੰ ਵੇਚਦੇ ਖਰੀਦਦੇ ਆ ਉਹ ਵੀ ਮੇਲੇ ਚ ਆਏ ਹੋਏ ਆ। ਉਹਨਾਂ ਦੀ ਬਾਜ ਵਰਗੀ ਅੱਖ ਇਹੀ ਨੋਟ ਕਰਦੀ ਆ ਵੀ ਇਹ ਬੱਚਾ ਕਦੋਂ ਆਪਣੀ ਟਰਾਲੀ ਚੋਂ ਨਿਕਲ ਕੇ ਇਧਰ ਉਧਰ ਜਾਵੇ ਤੇ ਕਦੋਂ ਉਹਨੂੰ ਉਂਗਲ ਲਾ ਕੇ ਖੁਆ ਫੜਾ ਕੇ ਉਹ ਨਾਲ ਲੈ ਆ। ਏਦਾਂ ਦੇ ਵੀਰਾਂ ਨਾਲ ਇਹਨੂੰ ਵੀ ਏਦਾਂ ਹੀ ਹੋਇਆ। ਇਹ ਵੀ ਜਦੋਂ ਆਪਣੇ ਘਰੋਂ ਨਿਕਲਿਆ ਇਹਨੂੰ ਕਿਸੇ ਨੇ ਕਿਹਾ ਤੂੰ ਆ ਜਾ ਮੇਰੇ ਕੋਲ ਬਹਿ ਜਾ ਇਹਨੂੰ ਰੋਟੀ ਪਾਣੀ ਸਿਖਾਉਂਦੇ ਆ ਰੋਟੀ ਪਾਣੀ ਸਿਖਾਇਆ ਉਸ ਤੋਂ ਬਾਅਦ ਇਹਨੂੰ ਕਹਿੰਦੇ ਤੂੰ ਕੰਮ ਤੇ ਲਵਾ ਦੇਣੇ ਤੈਨੂੰ ਉਥੇ ਲੈ ਗਏ 10-11 ਸਾਲ ਆਪਦੇ ਬਾੜੇ ਚੋਂ ਗੁਜਰਾਂ ਦੇ ਚੋਂ ਨਿਕਲਣ ਨਹੀਂ ਦਿੱਤਾ ਇਹਨੂੰ ਗੋਹਾ ਹੀ ਚੁਕਾਈ ਗਏ ਕੁੱਟ ਕੁੱਟ ਕੇ ਇਹਦੇ ਆਹ ਹਾਲਾਤ ਕਰਤੇ ਵੀ ਇੰਨਾ ਡਰਿਆ ਹੋਇਆ ਸੀ ਜਦੋਂ ਬਾਪੂ ਇਹਨੂੰ ਲੈਣ ਗਿਆ ਨਾ ਤੇ ਬਾਪੂ ਨੂੰ ਕਹਿੰਦਾ ਮੈਂ ਆਪਦੇ ਪਰਿਵਾਰ ਨੂੰ ਪੁੱਛਣਾ ਪਿਆ ਮੈਨੂੰ ਕਿ ਉਹਨਾਂ ਨੂੰ ਪਰਿਵਾਰ ਕਹਿੰਦਾ ਹਾਲ ਹੋ ਗਿਆ। ਦੋ ਵਾਰੀ ਇਹਨੂੰ ਪੁੱਛਿਆ ਮੈਂ ਕਿਹਾ ਬਈ ਤੇਰਾ ਨਾਂ ਕੀ ਆ ਐ ਕਰਕੇ ਤੇ ਆਪਣੇ ਬਾਅਦ ਚ ਦੁੱਧ ਪਾ ਕੇ ਫਿਰ ਤੁਰ ਗਿਆ। ਮੈਂ ਕਿਹਾ ਤੇ ਭੱਜ ਕੇ ਪਿਆ ਕਿਉਂਕਿ ਅਸੀਂ ਪੂਰਾ ਆਪਣਾ ਗਰੁੱਪ ਲੰਘ ਗਏ ਸੀ। ਮੈਂ ਜਦੋਂ ਭੱਜ ਕੇ ਪਿਆ ਮੈਂ ਕਿਹਾ ਉਹ ਪਿੰਡ ਕੁੱਤਰ ਨਾਂ ਕੀ ਆ ਇਹ ਕਹਿੰਦਾ ਮੇਰੇ ਨਾਲ ਪਿੰਦਾ। ਮੈਂ ਕਿਹਾ ਬਾਹਰ ਆ ਜਾ ਕਹਿੰਦਾ ਘਰਦਿਆਂ ਨੂੰ ਪੁੱਛ ਕੇ ਆਉਂ। ਮੈਂ ਤਾਂ ਘਰਦਿਆਂ ਨੂੰ ਪੁੱਛ ਪਕੜਾਉਣ ਵਾਲੀ ਅਸੀਂ ਫਿਰ ਸਰਪੰਚ ਨੇ ਕਿਸੇ ਸਾਰਿਆਂ ਨੇ ਛਾਲਾ ਮਾਰ ਕੇ ਜਾ ਕੇ ਅੰਦਰੋਂ ਕੱਢਿਆ ਨਾਲ ਹੀ ਮੱਛਾਂ ਦੇ ਮਗਰ ਬਾੜਾ ਚੋਂ ਨਿਕਲੀਆਂ ਪਰ ਗੁਜਰੀ ਇੱਕ ਧਾਰ ਚੋਂਦੇ ਸੀ ਬਾਕੀ ਸਾਨੂੰ ਗੁਜਰ ਕੋਈ ਨੀ ਮਿਲਿਆ ਉਸ ਸਮੇਂ ਦਾ। ਫਿਰ ਅਸੀਂ ਬਥੇਰਾ ਕਿਹਾ ਵੀ ਬੰਦਾ ਮਿਲੇ ਸਾਨੂੰ ਜ਼ਿੰਮੇਵਾਰ ਅਸੀਂ ਲੈ ਕੇ ਜਾਈਏ ਪਿੰਡ ਦੀ ਪੰਚਾਇਤ ਸਦੀ ਉਹ ਤੇ ਪੰਚਾਇਤ ਨੇ ਵੀ ਸਾਨੂੰ ਜਾਣੀ ਇਹ ਕਹਿੰਦਾ ਜੇ ਤੁਹਾਡਾ ਤੁਸੀਂ ਲੈ ਦੋ ਕਹਿੰਦੇ ਕਿਵੇਂ ਲੈ ਜੇ ਕੱਲ ਨੂੰ ਕੋਈ ਹੋਰ ਦੋਸ਼ ਲਾਓਗੇ। ਉਹ ਮੁੰਡਾ ਟਰਾਲੀ ਤੋਂ ਬਰਸੇ ਮਿਲਾਉਂਦਾ ਸੀ ਜਦੋਂ ਅਸੀਂ ਉਹਨੂੰ ਫੜ ਕੇ ਲਿਆਂਦਾ ਉਹ ਕਹਿੰਦਾ ਵੀ ਮੈਂ ਵੀ ਜਾਣਾ। ਉਹਨੇ ਫਿਰ ਪੂਰੀ ਜਾਣੀ ਡਿਟੇਲ ਦੱਸੀ
ਬਈ ਸਾਨੂੰ ਕੁੱਟਦੇ ਵੀ ਹੁੰਦੇ ਸੀ ਜਦੋਂ ਅਸੀਂ ਭੱਜਦੇ ਜ਼ਰੂਰ ਹੁੰਦੇ ਸੀ ਕੁੱਟਦੇ ਸੀ ਫਿਰ ਅਸੀਂ ਕਿਹਾ ਕਾਹਦੇ ਨਾਲ ਕੁੱਟਦੇ ਕਹਿੰਦਾ ਪਹਿਲਾਂ ਤਾਂ ਲਫੇੜਿਆਂ ਨਾਲ ਕੁੱਟਦੇ ਬਾਅਦ ਡੰਡਿਆਂ ਨਾਲ ਕੁੱਟਦੇ ਸੀ ਥਾਣੇ ਪਰਚਾ ਅੱਜ ਮੇਰੇ ਕੋਲ ਆ ਉਹ ਪਰਚਾ ਜਿਹੜਾ ਸਾਡੀ ਪੁਲਿਸ ਦੀ ਕਾਰਗੁਜ਼ਾਰੀ ਤੁਹਾਨੂੰ ਦੱਸਦੇ ਹਾਂ ਸਾਡੇ ਪੁਲਿਸ ਤਾਂ ਜ਼ਿਆਦਾਤਰ ਪਰਚੇ ਨੀ ਦਰਜ ਕਰਦੀ ਇਹਦੇ ਵਿੱਚ ਜਿਹੜੀ ਧਾਰਾ ਵੈਸੇ ਚਾਹੀਦੀ ਉਹ ਕਿਡਨੈਪਿੰਗ ਦੀ ਧਾਰਾ ਬਣਦੀ ਹੈ ਕਿਸੇ ਦੇ ਪੁੱਤ ਨੂੰ ਕਿਡਨੈਪ ਕਰਕੇ ਘਰੇ ਰੱਖ ਲੈਣਾ ਤੋਂ ਦਸ ਦਸ ਵੀਹ ਸਾਲ ਕੰਮ ਕਰਾਈ ਜਾਣਾ ਗੋਹਾ ਚੁਕਾਈ ਜਾਣਾ ਕੁੱਟਣਾ ਮਾਰਨਾ ਪਰ ਧਾਰਾ ਇੱਥੇ ਕੀ ਲੱਗਦੀ ਹੈ ਸਾਡੇ ਇਹਨਾਂ ਦੀ ਧਾਰਾ ਜਿਹੜੀ ਲੱਗੀ ਆ 342 ਤੇ 344 IPS ਲੱਗੀ ਹੋਈ ਆ ਤੇ ਇਹ ਧਾਰਾ ਦਾ ਨਾ ਤਾਂ ਕੋਈ ਇਹਦੇ ਤੇ ਬਾਹਲੀ ਸਜ਼ਾ ਦਾ ਕੋਈ ਪ੍ਰਾਵਧਾਨ ਆ ਤੇ ਨਾ ਕੋਈ ਏਡੀ ਇਹ ਵੱਡੀ ਧਾਰਾ ਵਾ ਜਿਹਦੇ ਨਾਲ ਉਹਨਾਂ ਨੂੰ ਡਰ ਲੱਗੇ ਉਹ ਜਿਹਦੇ ਨਾਲ ਦੀ ਨਾਲ ਜਮਾਨਤ ਹੋ ਜਾਂਦੀ ਉਹਨਾਂ ਦੀ ਉਹ ਘਰੇ ਆ ਕੇ ਫੇਰ ਉਹੀ ਕੰਮ ਕਰਦੇ ਨੇ ਦਸਾਂ ਦਿਨਾਂ ਬਾਅਦ ਹੋਰ ਲੱਭ ਲਿਆਉਂਦੇ ਨੇ ਕੋਈ ਏਦਾਂ ਦਾ ਉਹਨੂੰ ਰੱਖ ਲੈਂਦੇ ਨੇ ਜਾਨੀ ਕਿ ਆਹ ਹਾਲਾਤ ਆ ਇਹ ਤੋਂ ਪਹਿਲਾਂ ਜੀ ਤਿੰਨ ਹੋਰ ਸੀ ਜਿਹੜੇ ਭੱਜੇ ਨੇ ਟਾਂਡੇ ਤੋਂ ਪਹਿਲਾਂ ਹੋਰ ਭੱਜੇ ਨੇ ਇਹ ਸਿਰਫ ਇੱਕੋ ਗੱਲ ਸਾਨੂੰ ਕਹਿੰਦਾ ਰਿਹਾ ਕੋਈ ਚਿੱਪ ਹੋਊ ਇੱਕ ਦਿਨ ਰਾਤ ਨੂੰ ਬਣਾਉਂਦਾ ਉੱਥੇ ਕਹਿੰਦਾ ਵੀ ਚਿੱਪ ਕਹਿੰਦਾ ਚਿੱਪ ਹੁੰਦੀ ਆ ਕਰੰਟ ਵਾਲੀ ਚਿੱਪ ਲਾ ਦਿੰਦੇ ਨੇ ਕਹਿੰਦਾ ਹਾਲਾਂ ਨੂੰ ਉੱਠਦਾ ਉੱਠਦਾ ਚਿੱਪ ਲਾ ਲਈ ਐਂ ਕਰਨ ਲੱਗ ਗਿਆ ਕਿਸਲਾ ਉਹਦਾ ਇਹ ਸਾਨੂੰ ਤਾਂ ਕੋਈ ਸਮਝ ਨਹੀਂ ਹੁਣ ਨੀ ਚਿੱਪ ਚੁੱਪ ਲਾਉਣੀ ਉਹਨਾਂ ਨੇ ਕੋਈ ਤੇਰੇ ਠੀਕ ਆ ਹੁਣ ਬਾਪੂ ਦੇ ਘਰੇ ਆ ਗਿਆ ਤੂੰ ਏਦਾਂ ਦੇ ਲੋਕਾਂ ਦੀ ਆਪਣੇ ਆਸ ਪਾਸ ਤੁਸੀਂ ਕੇਅਰ ਕਰ ਸਕਦੇ ਹੋ ਬਾਈ ਜੀ ਤੁਸੀਂ ਖਿਆਲ ਰੱਖ ਸਕਦੇ ਹੋ ਏਦਾਂ ਦੇ ਲੋਕਾਂ ਦਾ ਤੁਹਾਡੇ ਆਂਢ ਗੁਆਂਢ ਦੇ ਵਿੱਚ ਵੀ ਹੋ ਸਕਦੇ ਮਹਿਰੇ ਬਾਪੂ ਬਹਿ ਜਾਓ ਤੁਹਾਡੇ ਆਂਢ ਗੁਆਂਢ ਦੇ ਵਿੱਚ ਵੀ ਹੋ ਸਕਦੇ ਨੇ ਲੋਕ ਹਾਂਜੀ ਵੀਰੇ ਕਿਵੇਂ ਆ ਠੀਕ ਠਾਕ ਆ ਕਿਵੇਂ ਆਉਣ ਅੱਗੇ ਨਾਲ ਜੀ ਮਾਤਾ ਜੀ ਕਿੰਨੇ ਸਾਲਾਂ ਬਾਅਦ ਠੀਕ ਹੋਇਆ ਏ 6-7 ਸਾਲ ਬਾਅਦ ਪਹਿਲਾਂ ਵੀ ਦਵਾਈਆਂ ਬੇਬੇ ਕਿੱਥੋਂ ਆਉਂਦੇ ਮਾਤਾ ਜੀ ਕੀ ਨਾਂ ਦਾ ਹਰਪ੍ਰੀਤ ਹਰਪ੍ਰੀਤ ਕਿਵੇਂ ਆ ਪਹਿਲਾਂ ਕਿਵੇਂ ਦਾ ਕਦੇ ਸੰਗਲਾਂ ਦਾ ਪਾਵੇ ਰੱਖ ਦੇਗੇ ਜੋ ਤੂੰ ਲੈ ਕੇ ਆਈ ਸਾਡੇ ਕੋਲ ਸਰਕਾਰ ਬਣਾ ਜਾਏਗੀ ਦੇਖੇ ਮਾਂ ਅਤੇ ਪੁੱਤ ਨੂੰ ਵੀ ਤੁਹਾਡੇ ਕੀ ਲੱਗਦਾ ਭਾਈ ਲੱਗਦਾ ਭਾਈ ਭਰਾ ਆਪਣੇ ਭਰਾ ਨੂੰ ਜਦੋਂ ਇੱਥੇ ਲੈ ਕੇ ਆਏ ਸੰਗਲਾਂ ਨਾਲ ਬੰਨ ਕੇ ਲੈ ਕੇ ਆਏ ਸੰਗਲਾਂ ਨਾਲ ਬੰਨ ਕੇ ਰੱਖਦੇ ਸੀ ਘਰ ਦੇ ਵਿੱਚ ਤੇ ਅੱਜ 6-7 ਸਾਲਾਂ ਬਾਅਦ ਉਹ ਦਵਾਈ ਜਿਹੜੀ ਤੁਸੀਂ ਦਿੰਦੇ ਹੋ ਉਹ ਦਵਾ ਜਿਹੜੀ ਤੁਸੀਂ ਦਿੰਦੇ ਹੋ ਉਹਦਾ ਅਸਰ ਦੇਖ ਲਓ ਕਿੰਨਾ ਵੱਡਾ ਵਾ ਉਹ ਦਵਾਈਆਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਤੇ ਦਵਾਵਾਂ ਤੁਹਾਡੇ ਮੂੰਹ ਚੋਂ ਨਿਕਲੀਆਂ ਇੱਕ ਮਾਂ ਦੇ ਪੁੱਤ ਨੂੰ ਇੱਕ ਭਰਾ ਦੇ ਭਰਾ ਨੂੰ ਕਿੱਡੀ ਵੱਡੀ ਰਿਲੀਫ ਦਿੰਦੇ ਨੇ ਕਿੱਡੀ ਚੰਗੀ ਜ਼ਿੰਦਗੀ ਦੇਣ ਵਾਲੀ ਗੱਲ ਆ ਇਹ ਵੀਰ ਅੱਜ ਠੀਕ ਹੋ ਰਿਹਾ ਚੰਗੀ ਜ਼ਿੰਦਗੀ ਵੱਲ ਨੂੰ ਵੱਧ ਰਿਹਾ ਆਪਣੀ ਬੁੱਢੀ ਮਾਂ ਦੀ ਸੇਵਾ ਕਰੂਗਾ ਠੀਕ ਹੋ ਕੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੱਕੂਗਾ ਠੀਕ ਹੋ ਕੇ ਕੀਤਾ ਕੀ ਆਪਾਂ ਕੁਛ ਵੀ ਨੀ ਇੱਕ ਛੋਟੀ ਜਿਹੀ ਕੋਸ਼ਿਸ਼ ਇੱਕ ਛੋਟੀ ਜਿਹੀ ਨਾ ਮਾਤਰ ਜੀ ਕੋਸ਼ਿਸ਼ ਤੁਹਾਡੀ ਕਿਸੇ ਦੀ ਜ਼ਿੰਦਗੀ ਤੇ ਕਿੱਡਾ ਵੱਡਾ ਅਸਰ ਪਾ ਸਕਦੀ ਆ ਆਪਾਂ ਸੋਚ ਵੀ ਨਹੀਂ ਸਕਦੇ ਸਾਡੀ ਬੇਨਤੀ ਆ ਹੱਥ ਬੰਨ ਕੇ ਪਲੀਜ਼ ਜ਼ਰੂਰ ਅਰਦਾਸ ਕਰਿਆ ਕਰੋ ਸਾਡੇ ਇਹਨਾਂ ਪਰਿਵਾਰਕ ਮੈਂਬਰਾਂ ਵਾਸਤੇ ਜ਼ਰੂਰ ਅਰਦਾਸ ਕਰਿਆ ਕਰੋ ਇਸ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਜੋ ਹੋਰ ਕੋਈ ਅਰਦਾਸ ਕਰਨ ਵਾਲੀ ਭੈਣ ਹੋਰ ਕੋਈ ਭਰਾ ਹੋਰ ਕੋਈ ਬਜ਼ੁਰਗ ਹੋਰ ਕੋਈ ਮਾਂ ਇਸ ਵੀਡੀਓ ਨੂੰ ਦੇਖ ਸਕੇ ਹੋਰ ਬਹੁਤ ਨੇ ਵੀਰ ਭੈਣ ਇੱਦਾਂ ਦੇ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਹੋ ਹੁਣ ਕੀ ਨਾਂ ਤੁਹਾਡਾ ਕੀ ਪ੍ਰੋਬਲਮ ਸੀ ਤੁਹਾਨੂੰ ਵੀਰੇ ਮਤਲਬ ਡਰ ਲੱਗਣ ਲੱਗ ਗਿਆ ਸੀ ਸ਼ੱਕ ਵੀ ਹੁੰਦਾ ਸੀ ਜਿਵੇਂ ਵਹਿਮ ਵੀ ਹੁੰਦਾ ਸੀ ਐ ਲੱਗਦਾ ਕੋਈ ਮੈਨੂੰ ਮਾਰ ਦੋ ਕਿੰਨਾ ਹੁਣ ਪਹਿਲੀ ਵਾਰੀ ਆਇਆ ਸੀ ਦੂਜੀ ਵਾਰ ਕੋਈ ਫਰਕ ਲੱਗਦਾ ਤੁਹਾਨੂੰ ਦਵਾਈ ਤਾਂ ਨਹੀਂ ਮਹਿੰਗਾ ਪਾਇਆ ਕਿਉਂ ਬਾਪੂ ਦਵਾਈ ਨਾ ਮਹਿੰਗਾ ਦੇਖੋ ਜੇ ਦਵਾਈ ਦਾ ਤੁਸੀਂ ਮਹਿੰਗਾ ਪਾ ਦੋਗੇ ਦਵਾਈ ਲਈ ਬੇਕਾਰ ਇੱਕ ਦਿਨ ਵੀ ਜੇ ਤੁਸੀਂ ਦਵਾਈ ਨਹੀਂ ਖਾਂਦੇ ਮੰਨ ਲਓ ਤੁਸੀਂ 6 ਸਾਲ ਦਵਾਈ ਖਾ ਲਓ ਜੇ ਦਿਨ ਇੱਕ ਦਿਨ ਵੀ ਛੱਡੋਗੇ ਨਾ ਨੁਕਸਾਨ ਇਸ ਕਰਕੇ ਸਾਡੀ ਬੇਨਤੀ ਆਦਤ ਬਣ ਗਈ ਠੀਕ ਹੋਏ ਕਿੱਥੋਂ ਆਇਆ ਤੁਸੀਂ ਭਰੋਵਾਲ ਤੋਂ ਬਹਿ ਜਾਓ ਬਾਪੂ ਜੀ ਠੀਕ ਹੋ ਜਾਣਾ ਠੀਕ ਹੋ ਜਮਾ ਠੀਕ ਹੋ ਗਿਆ ਹੋਵੇ ਕੋਈ ਹੈ ਇੱਥੇ ਖੜ ਬੈਠਾ
ਗਰੀਬੀ ਕਰਕੇ ਕੋਈ ਦੇਖਭਾਲ ਨਹੀਂ ਜਿਹੜੀ ਮਾਂ ਇਹਦੀ ਤੇ ਉਹ ਬੇਚਾਰੀ ਸਧਾਰਨ ਜੀ ਆ ਉਹਨੂੰ ਪਤਾ ਨਹੀਂ ਹੁੰਦਾ ਉਹ ਵੀ ਪੈਕ ਦੀ ਦੋ ਪੈਕ ਆਏ ਉਹਨੂੰ ਸ਼ੂਗਰ ਦੀ ਨਾ ਤੇ ਇੱਕ ਭਰਾ ਉਹਨੂੰ ਜਿੰਨਾ ਕੁ ਕਹਿ ਦੀਏ ਉਹਨਾਂ ਕੋ ਕਰ ਦਿੰਦਾ ਤੇ ਬਾਕੀ ਉਹ ਤੇ ਹੁੰਦਾ ਨਹੀਂ ਤਾਂ ਇਹਨੂੰ ਤਾਂ ਬੰਨ ਕੇ ਰੱਖਦੇ ਤੇ ਵੀ ਘਰ ਤੇ ਨਾ ਲੰਘ ਜਵੇ ਜਾਂ ਪੱਥਰ ਪੱਥਰ ਚੱਕ ਲਾਉਂਦੇ ਤੇ ਅੱਜ ਮੇਰੇ ਕੋਲ ਖੜਾ ਕੋਈ ਤੇ ਸੰਗਣ ਨਹੀਂ ਨਾ ਹਨ ਕੋਈ ਕੁਛ ਨਹੀਂ ਇਹਨੂੰ ਸਿਰਫ ਇੱਕ ਦਵਾਈ ਹੈ ਜਿਹੜੀ ਆਪਾਂ ਨੇ ਉਹ ਦਵਾਈ ਨੂੰ ਵੀ ਜਿਹੜੀ ਤੁਸੀਂ ਇਨਸਾਨੀਅਤ ਨੇ ਨਹੀਂ ਮਾਤੇ ਦਵਾਈ ਦਵਾ ਕੇ ਇਹਦਾ ਵਧੀਆ ਦਾ ਆਪਣਾ ਕੰਮ ਕਾਰ ਕਰਦਾ ਫਿਰ ਪਹਿਲੀ ਵਾਰੀ ਹੈ ਤੇ ਮੈਂ ਵੀ ਇਹਨੂੰ ਇਨਸਾਨੀਅਤ ਦੇ ਨਾਤੇ ਹੀ ਉਹਨੇ ਦੇਖਿਆ ਕਿਹੜੇ ਪਿੰਡ ਮੇਰਾ ਰੋਪੜ ਸ਼ਹਿਰ ਹੈ ਇਹ ਚਮਕੌਰ ਸਾਹਿਬ ਏਰੀਏ ਤੇ ਇਹਨੂੰ ਲੈ ਕੇ ਆਇਆ ਕਿਹੜਾ ਪਿੰਡ ਇਹ ਸੰਧੂਆਂ ਪਿੰਡ ਮੇਰੇ ਪਰਿਵਾਰ ਦਾ ਮੈਂਬਰ ਹੈ ਵੀ ਨਾ ਪਰਿਵਾਰ ਦਾ ਮੈਂਬਰ ਨਹੀਂ ਜੀ ਆਪਣਾ ਹੈ ਰਿਸ਼ਤੇਦਾਰ ਹੀ ਹੈ ਜਣੀ ਕੀ ਲੱਗਦਾ ਤੇ ਭਾਈ ਹੋ ਲੱਗਦਾ ਜਣੀ ਕਈ ਤਾਂ ਡੈਡੀ ਦਾ ਗੁਜ਼ਰ ਗਿਆ ਮਾਤਾ ਇੰਨਾ ਦੇਖਭਾਲ ਕਰਨੀ ਹੁੰਦੀ ਤੇ ਵੀ ਇੱਕੇ ਜਗ੍ਹਾ ਟੋਏ ਪੱਟੀ ਜਾਂਦੇ ਹੈਪੀ ਵਾਸਤੇ ਜ਼ਰੂਰ ਅਰਦਾਸ ਕਰਿਓ ਸੱਚੇ ਪਾਤਸ਼ਾਹ ਅੱਗੇ ਵੀ ਹੈਪੀ ਠੀਕ ਹੋ ਸਕੇ ਹੈਪੀ ਚੰਗੀ ਜਨ ਅਰਦਾਸ ਇਹ ਸਾਡੀ ਸਿਮਰਨਜੀਤ ਆ ਪਿਛਲੀ ਵਾਰੀ ਇਹ ਭੈਣ ਜਦੋਂ ਆਈ ਸਾਡੇ ਵਾਸਤੇ ਇੱਥੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਬਣਾ ਕੇ ਲੈ ਕੇ ਆਈ ਉਸ ਤੋਂ ਪਿਛਲੀ ਵਾਰ ਜਦੋਂ ਇਹ ਭੈਣ ਨੇ ਮੈਨੂੰ ਦੱਸਿਆ ਵੀਰੇ ਮੈਂ ਹੁਣ ਠੀਕ ਹੈ ਬਹੁਤ ਇਹ ਮਾਂ ਨੇ ਜੋ ਦੱਸਿਆ ਮੇਰੀ ਧੀ ਹੁਣ ਪਹਿਲਾਂ ਨਾਲੋਂ ਬਹੁਤ ਠੀਕ ਹੈ ਪੁੱਤ ਵੀ ਦਵਾਈ ਦੇ ਨਾਲ ਬਹੁਤ ਫਰਕ ਆ ਤੇ ਮੈਂ ਪੁੱਛਿਆ ਵੀ ਰੋਟੀ ਪਾਣੀ ਲਾ ਲੈਂਦੇ ਆ ਕਹਿੰਦੀ ਹਾਂ ਮੈਂ ਲਾ ਲੈਂਦੀ ਹਾਂ ਤੇ ਮੈਨੂੰ ਭੈਣ ਨੂੰ ਕਿਹਾ ਵੀ ਭੈਣੇ ਮੱਕੀ ਦੀ ਰੋਟੀ ਬਣਾ ਕੇ ਲਿਆਏਗੀ ਕਹਿੰਦੀ ਮੈਂ ਵੀਰੇ ਲੈ ਕੇ ਆਊਂ ਮੱਕੀ ਦੀ ਰੋਟੀ ਵੀ ਲਿਆਊਂ ਸਰੋਂ ਦਾ ਸਾਗ ਵੀ ਲਿਆਊਂ ਮੇਥੇ ਵਾਲੀਆਂ ਰੋਟੀਆਂ ਵੀ ਲੈ ਕੇ ਆਊਂ ਤੇ ਲਾਸਟ ਟਾਈਮ ਪਿਛਲੀ ਵਾਰ ਜਦੋਂ ਆਈ ਹੈ ਭੈਣ ਟਿਫਨ ਦੇ ਵਿੱਚ ਪੈਕ ਕਰਕੇ ਸਾਗ ਮੇਥੇ ਵਾਲੀਆਂ ਰੋਟੀਆਂ ਮੱਕੀ ਦੀਆਂ ਰੋਟੀਆਂ ਮੇਰੇ ਵਾਸਤੇ ਲੈ ਕੇ ਆਈ ਤੇ ਸੱਚੇ ਪਾਤਸ਼ਾਹ ਇਸ ਭੈਣ ਨੂੰ ਚੰਗੀ ਤੰਦਰੁਸਤੀ ਭਰੀ ਜ਼ਿੰਦਗੀ ਬਖਸ਼ਣ ਸਹੁਰਿਆਂ ਨੇ ਵੀ ਛੱਡਤੀ ਕਮਲੀ ਕਹਿ ਕੇ ਸਾਥ ਨਹੀਂ ਦਿੱਤਾ ਕਿਸੇ ਰਿਸ਼ਤੇਦਾਰ ਨੇ ਕਿਸੇ ਭੈਣ ਭਰਾ ਨੇ ਤੇ ਸਾਡੇ ਸਮਾਜ ਦੇ ਵਿੱਚ ਢੋਂਗੀ ਪੁਣਾ ਜਿਹੜਾ ਬੈਠਾ ਇੱਕ ਬਾਬਾ ਤੰਤਰ ਉਹਨਾਂ ਨੇ ਵੀ ਬਥੇਰਾ ਲੁੱਟਿਆ ਪਰ ਅੱਜ ਤੁਹਾਡੀਆਂ ਦੁਆਵਾਂ ਨਾਲ ਤੁਹਾਡੀਆਂ ਅਰਦਾਸਾਂ ਨਾਲ ਸਾਡੀ ਹੱਥ ਬੰਨ ਕੇ ਵੀ ਇਹ ਸਾਡੀ ਭੈਣ ਆ ਛੋਟੀ ਤੇ ਬਾਈ ਤੂੰ ਸਾਡਾ ਪ੍ਰਾਹੁਣਾ ਵਾ ਜੇ ਅਸੀਂ ਤੇਰੀ ਬੇਨਤੀ ਤੇਰੇ ਪੂਰੇ ਮਿਹਨਤ ਕਰਦੇ ਆ ਵੀ ਇਹ ਭੈਣ ਹੁਣ ਜਮਾਂ ਠੀਕ ਆ ਬਾਈ ਤੇਰਾ ਘਰ ਸਾਂਭ ਸਕਦੀ ਆ ਕੀ ਇਸ ਗੱਲ ਦੀ ਕੀ ਗਰੰਟੀ ਆ ਵੀ ਜੇ ਕਿਸੇ ਹੋਰ ਨਾਲ ਤੂੰ ਵਿਆਹ ਕਰਾਏਗਾ ਵੀ ਉਹ ਇਸ ਤੋਂ ਵਧੀਆ ਤੇਰਾ ਘਰ ਸਾਂਭ ਲੂਗੀ ਇਸ ਗੱਲ ਦੀ ਕੀ ਗਰੰਟੀ ਆ ਇਸ ਗੱਲ ਦੀ ਕੀ ਜ਼ਿੰਮੇਵਾਰੀ ਆ ਵੀ ਤੂੰ ਵੀਰ ਬਣ ਕੇ ਮੇਰੀ ਬੇਨਤੀ ਆ ਵੀ ਇਸ ਸਾਡੀ ਭੈਣ ਨੂੰ ਆਪਣੇ ਘਰੇ ਲੈ ਕੇ ਜਾ ਬਾਈ ਤੇਰਾ ਘਰ ਬੰਨੂਗੀ ਹੁਣ ਠੀਕ ਆ ਜਮਾਂ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਇਸ ਗੱਲ ਦੀ ਵੀ ਜਿਹੜੀ ਦਿਮਾਗੀ ਪ੍ਰੋਬਲਮ ਹੈ ਇਹਦੀ ਜਮਾਂ ਠੀਕ ਹੋ ਗਈ ਆ ਤੇ ਇਹ ਆਪਣਾ ਘਰ ਵਸਾ ਸਕਦੀ ਆ ਅੱਜ ਜਿਹੜੇ ਉਸ ਪਿੰਡ ਦੇ ਨੌਜਵਾਨ ਵੀਰ ਨੇ ਉਹਨਾਂ ਨੂੰ ਬੇਨਤੀ ਆ ਜਰੂਰ ਉਹਨੂੰ ਸਮਝਾਓ ਕੀ ਨਾ ਭੈਣੇ ਨਹੀਂ ਲਖਵੀਰ ਸਿੰਘ ਨੂੰ ਜਰੂਰ ਸਮਝਾਓ ਲਖਵੀਰ ਸਿੰਘ ਠੀਕ ਇਸ ਭੈਣ ਨੂੰ ਹੁਣ ਅਪਣਾ ਸਕੇ ਬੈਠੋ ਹਾਲਾਤ ਪੈਦਾ ਹੋ ਗਏ ਸੀ ਜਿਹੜਾ ਛੋਟਾ ਭਰਾ ਵਾ ਇਹ ਵੀ ਮੈਂਟਲੀ ਅਪਸੈਟ ਹੋ ਗਿਆ ਸੀ ਤੇ ਮਾਤਾ ਵੀ ਮੈਂਟਲੀ ਅਪਸੈਟ ਹੋ ਗਈ ਸੀ ਤੇ ਇਕੱਲਾ ਹੀ ਕਮਾਉਣ ਵਾਲਾ ਸੀ ਘਰ ਦੇ ਵਿੱਚ ਜੇ ਕੰਮ ਕਰਨ ਜਾਂਦਾ ਸੀ ਤਾਂ ਘਰੇ ਇਹਨਾਂ ਨੂੰ ਕੌਣ ਸੰਭਾਲਦੇ ਕੋਈ ਮਦਦ ਕਰਨ ਵਾਲਾ ਨੀ ਸਾਥ ਦੇਣ ਵਾਲਾ ਨੀ ਜਿੰਨੇ ਕੁ ਪੈਸੇ ਕਮਾਉਂਦਾ ਸੀ ਉਨੇ ਕੁ ਰੋਟੀ ਪਾਣੀ ਨਿਕਲ ਜਾਂਦੇ ਸੀ ਦਵਾਈ ਨਹੀਂ ਸੀ ਦਵਾ ਸਕਦਾ ਬਹਿ ਜਾ ਵੀਰ ਨਾਲ ਇੱਥੇ ਬਹਿ ਜਾ ਅੱਜ
ਇਹ ਵੀਰ ਵੀ ਚੰਗੀ ਜ਼ਿੰਦਗੀ ਜਿਉਂਦਾ, ਚਾਰ ਪੈਸੇ ਕਮਾਉਂਦਾ, ਆਪਣੇ ਘਰ ਦੀ ਰੋਟੀ ਪਾਣੀ ਚਲਾਉਂਦਾ, ਤੇ ਇਹ ਛੋਟਾ ਭਰਾ ਵੀ ਇਹਦਾ ਬਿਲਕੁਲ ਠੀਕ ਹੈ, ਦਵਾਈ ਚੱਲਦੀ ਹੈ ਤੇ ਮਾਤਾ ਜੀ ਬਿਲਕੁਲ ਨਾ ਬਦਲ ਦਿੰਦੀਆਂ। ਤੁਸੀਂ ਸੋਚ ਵੀ ਨਹੀਂ ਸਕਦੇ। ਇਸ ਕਰਕੇ ਅੱਜ ਦਾ ਜਿਹੜਾ ਸਾਡਾ ਕੈਂਪ ਆ, ਅੱਜ ਮੀਂਹ ਦਾ ਵੀ ਟਾਈਮ ਆ, ਜਗ੍ਹਾ ਵੀ ਸਾਡੇ ਕੋਲ ਘੱਟ, ਅੱਜ ਤੇ ਮਰੀਜ਼ ਵੀ ਅੱਜ ਕਰੀਬ ਸਾਡੇ ਕੋਲ 250 ਦੇ ਆਸ ਪਾਸ ਪਰਿਵਾਰ ਦੇ ਮੈਂਬਰ ਆਏ ਨੇ, ਤੇ ਅੱਜ ਇਹ ਸਾਡੇ ਕੈਂਪ ਦਾ ਜਿਹੜਾ ਤੁਹਾਨੂੰ ਜਿਵੇਂ ਦੱਸਿਆ ਮਹੱਤਵ ਕੀ ਸੀਗਾ, ਸਾਡੀ ਛੋਟੀ ਭੈਣ ਸੰਦੀਪ ਕੌਰ ਦੇ ਅੱਜ ਉਹ ਸਾਡੇ ਵਿੱਚ ਤਾਂ ਨਹੀਂ ਰਹੀ, ਇਸ ਦੁਨੀਆਂ ਨੂੰ ਛੱਡ ਕੇ ਜਾ ਚੁੱਕੀ ਆ, ਪਰ ਅੱਜ ਦੇ ਦਿਨ ਉਹਦਾ ਜਨਮ ਦਿਨ ਸੀਗਾ, ਤੇ ਅਸੀਂ ਅੱਜ ਦਾ ਜਿਹੜਾ ਕੈਂਪ ਆ ਸਾਡਾ ਸਾਡੀ ਛੋਟੀ ਭੈਣ ਦੇ ਜਨਮ ਦਿਨ ਨੂੰ ਡੈਡੀਕੇਟ ਕੀਤਾ, ਉਹਦੀ ਸੋਚ ਨੂੰ ਸਮਰਪਿਤ ਕੀਤਾ ਇਹ ਕੈਂਪ, ਉਹਦੀ ਸਾਡੀ ਭੈਣ ਦੀ ਸੇਵਾ ਨੂੰ ਸਮਰਪਿਤ ਕੀਤਾ ਇਹ ਕੈਂਪ, ਤੇ ਸੱਚੇ ਪਾਤਸ਼ਾਹ ਅੱਗੇ ਤੁਸੀਂ ਜ਼ਰੂਰ ਅਰਦਾਸ ਕਰਿਓ ਵੀ ਸਾਡੀ ਛੋਟੀ ਭੈਣ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਚ ਨਿਵਾਸ ਬਖਸ਼ਣ, ਤੇ ਅਸੀਂ ਏਦਾਂ ਹੀ ਇਹ ਸੇਵਾ ਨੂੰ ਨਿਰੰਤਰ ਇਸੇ ਤਰੀਕੇ ਨਾਲ ਸਾਫ ਮਨ ਨਾਲ ਚੰਗੀ ਨੀਤ ਨਾਲ ਕਰ ਸਕੀਏ। ਸਾਡੇ ਮਨੁੱਖਤਾ ਦੇ ਸੇਵਾ ਪਰਿਵਾਰ ਤੇ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ। ਅਸੀਂ ਇਹ ਕੈਂਪ ਤਾਂ ਇੱਕ ਬੜਾ ਛੋਟਾ ਜਿਹਾ ਸਾਡਾ ਇੱਕ ਸਾਡੀ ਛੋਟੀ ਜਿਹੀ ਕੋਸ਼ਿਸ਼ ਆ ਵੀ ਅਸੀਂ ਸਾਡੇ ਸਮਾਜ ਦੀ ਸੋਚ ਨੂੰ ਬਦਲ ਸਕੀਏ। ਸਾਡੇ ਸਮਾਜ ਦੇ ਵਿੱਚ ਅੱਜ ਜਿਹੜੀਆਂ ਇਹ ਨਿਗਾਰ ਪੈਦਾ ਹੋ ਗਿਆ, ਜਿਹੜੀਆਂ ਕਮੀਆਂ ਸਾਡੇ ਸਮਾਜ ਦੇ ਵਿੱਚ ਖੜੀਆਂ ਹੋ ਗਈਆਂ ਆ ਕੇ, ਉਹਨਾਂ ਨੂੰ ਅਸੀਂ ਥੋੜੀ ਨੱਥ ਪਾ ਸਕੀਏ, ਤੇ ਇਹ ਆਪਾਂ ਸਾਰੇ ਰਲ ਕੇ ਹੰਬਲਾ ਮਾਰ ਸਕਦੇ ਹਾਂ, ਆਪਾਂ ਸਾਰੇ ਰਲ ਕੇ ਬਹੁਤ ਲੋਕਾਂ ਦੀ ਮਦਦ ਕਰ ਸਕਦੇ। ਸਾਨੂੰ ਅੱਜ ਦੇ ਕੈਂਪ ਚ ਜਿਹੜੀਆਂ ਜ਼ਰੂਰਤਾਂ ਸੀਗੀਆਂ, 9 ਜਣਿਆਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਆ, ਤੁਸੀਂ ਉਹਦੇ ਵਿੱਚ ਕਿਸੇ ਪੇਸ਼ੈਂਟ ਦੇ ਅੱਖ ਦੇ ਮਰੀਜ਼ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਉਹਨੂੰ ਅਡਾਪਟ ਕਰ ਸਕਦੇ ਹੋ, ਤੇ ਤੁਸੀਂ ਦਵਾਈਆਂ ਜਿਹੜੀਆਂ ਅਸੀਂ ਇਸ ਕੈਂਪ ਚ ਡਿਸਟ੍ਰੀਬਿਊਟ ਕਰਨੀਆਂ ਉਹ ਦਵਾਈਆਂ ਤੁਸੀਂ ਸਾਡੇ ਤੱਕ ਪਹੁੰਚਦੀਆਂ ਕਰ ਸਕਦੇ ਹੋ, ਤਾਂ ਜੋ ਅਸੀਂ 21 ਤਰੀਕ ਵਾਲਾ ਕੈਂਪ ਆ ਜਿਹੜਾ ਅਗਲਾ 21 ਤਰੀਕ ਵਾਲੇ ਕੈਂਪ ਚ ਅਸੀਂ ਉਹ ਦਵਾਈਆਂ ਨੂੰ ਵੰਡ ਸਕੀਏ। ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤਾਂ ਜੋ ਕੋਈ ਹੋਰ ਭੈਣ ਭਰਾ ਆਪਣੇ ਪਰਿਵਾਰਕ ਮੈਂਬਰ ਨੂੰ ਇੱਥੇ ਲਿਆ ਸਕੇ, ਆਪਣੇ ਪਰਿਵਾਰਕ ਮੈਂਬਰ ਦੀਆਂ ਦਿਮਾਗੀ ਬਿਮਾਰੀਆਂ ਦਾ ਇਲਾਜ ਕਰਾ ਸਕਣ, ਅੱਖਾਂ ਦੀਆਂ ਪ੍ਰੋਬਲਮਾਂ ਦਾ ਇਲਾਜ ਕਰਾ ਸਕਣ। ਇੰਨੀਆਂ ਕੀ ਸਾਡੀਆਂ ਬੇਨਤੀਆਂ ਤੇ ਇੰਨੀਆਂ ਕੀ ਜਾਣਕਾਰੀਆਂ। 16 ਮਾਰਚ 2020 ਨੂੰ ਸਾਡਾ ਅੱਖਾਂ ਦਾ ਕੈਂਪ ਲੱਗ ਰਿਹਾ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ। ਸਾਡੇ ਛੋਟੇ ਭਰਾ, ਦੋ ਸਾਡੇ ਭਰਾ ਸਾਨੂੰ ਛੱਡ ਕੇ ਚਲੇ ਗਏ, ਸਰਦਾਰ ਵੀਰਿੰਦਰ ਸਿੰਘ ਗਰੇਵਾਲ ਤੇ ਸਰਦਾਰ ਸਰਬਜੀਤ ਸਿੰਘ ਗਰੇਵਾਲ, ਉਹਨਾਂ ਦੋਨਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਖਾਂ ਦੇ ਕੈਂਪ ਲਾਉਣ ਜਾ ਰਹੇ ਹਾਂ। ਉਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਲੋੜਵੰਦ ਮਰੀਜ਼ਾਂ ਨੂੰ, ਵੱਧ ਤੋਂ ਵੱਧ ਭੈਣਾਂ ਨੂੰ, ਮਾਵਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਪਹੁੰਚਦਾ ਕਰੋ, ਤਾਂ ਜੋ ਆਪਾਂ ਉਹਨਾਂ ਦੇ ਅੱਖਾਂ ਦੇ ਆਪਰੇਸ਼ਨ, ਉਹਨਾਂ ਦੇ ਅੱਖਾਂ ਦੇ ਇਲਾਜ, ਉਹਨਾਂ ਦੇ ਅੱਖਾਂ ਦੀਆਂ ਦਵਾਈਆਂ ਮੁਹੱਈਆ ਕਰਾ ਸਕੀਏ, ਦਵਾ ਸਕੀਏ। ਤੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ, ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ, ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ। ਸਾਡੀ ਛੋਟੀ ਭੈਣ ਸੰਦੀਪ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰਿਓ, ਪਰਿਵਾਰ ਨੂੰ ਸੱਚੇ ਪਾਤਸ਼ਾਹ ਭਾਣਾ ਮੰਨਣ ਦਾ ਬਲ ਬਖਸ਼ਣ, ਇਹ ਵੀ ਜ਼ਰੂਰ ਅਰਦਾਸ ਕਰਿਓ। ਵਾਹਿਗੁਰੂ ਜੀ ਕਾ ਖਾਲਸਾ। ਜਨਮ ਤੋਂ ਹੀ ਕਿਉਂਕਿ ਰੋਇਆ ਸੀ ਜਦੋਂ ਜਨਮ ਹੋਇਆ ਸੀਗਾ? ਨਹੀਂ ਜੀ, ਰੋਇਆ ਨੀ, 7 ਲੱਖ ਹੁਣ ਜਾਣੀ ਕੇ ਹੁਣ ਤਾਂ ਠੀਕ ਕਰਿਆ ਸੰਗ ਚਲਾ ਦਿੰਦਾ, ਹੁਣ ਜਾਣੀ ਕੇ ਦੰਦੀਆਂ ਬਹੁਤ ਜਾਣੀ ਕੇ ਲਾਉਂਦਾ ਮਾਤਾ ਉੱਚੀ ਬੋਲੋ ਜੀ, ਗੁਰਪ੍ਰੀਤ ਤੇ ਮਾਂ ਦਾ ਗੁਰਪ੍ਰੀਤ ਠੀਕ ਹੋਏ ਜਾਂਦੇ ਸੱਚੇ ਪਾਤਸ਼ਾਹ ਦੀ ਅਰਦਾਸ ਕਰੇ ਸਭ ਜਾਣੇ, ਤੇ ਵੀਰ ਦਾਦੇ ਦੇ ਫਤਿਹ ਸਾਹਿਬ ਵੀ ਹੁਣ ਗੁੱਸਾ ਵੀ ਕਰਦਾ
समझ भी जी आम बच्चों की नहीं रही जी होनी चाहिए। जन्म तो होया नहीं सी कैंची लग गई थी सिर से सट लग गई थी करके प्रॉब्लम होनी शुरू हो गया। इलाज कराया तो कल परसों का मूह छेती पक जाएगा। चलो तुम दवाई तुम दिने दवाई लगातार खोनी है दवाई जिन्ना देर भी चलो दो साल चार साल पांच साल अभी खावे और दवाई महंगा नहीं करना चाहिए। रोटी भी मजे के सेवा करना बापू एक होर गल एना समझो भी सेवा कितने कमरा रही है। आस्ट्रेलिया सेवा ला के आया एक साल इटली चलिए आस्ट्रेलिया की आस्ट्रेलिया तो आके इटली एयरपोर्ट से बड़ा पै गया गुमा एयरपोर्ट वाले पुलिस संघा ना बंद करके छे पहले दुबई ला के आया कई साल कमाऊ पुलिस से बापू का कमाऊ कई कंट्रिया च गया हो सेवा सैकल पढ़ा लिखा नौजवान जी सेवा सैकल पर जदों समय का चक्कर घूमता तो जदों उस कार पर वाहगुरु ने डिगा पता नहीं लगता चलो कौड़िया मूंगिया बन जाएगा सौदे के भांडा भी करते रही सोने के भांड्या रोटी खाने वाले परिवार भी सड़कों के ठीक तरह काम के लिए मजबूर हो जाते हैं। उसके भांडे को बगैर करो गल कही मनो उन्होंने मनने की लड़ नहीं। अक्सर आप देखते सोशल मीडिया का जमाना बड़े वोटे वे उसके विचार देखे होंगे लोगों ने फोट आप पढ़ते हैं आप गुरु ग्रंथ साहब तो कहते हैं सारे मानते हैं पर वो भी नहीं मानते बच्चे मां बाप ने तो मानते भी सा प्यो है साड़ी मां असि सामना बुलाने पिछले किसान को फलाना सिंह पर असि यह तो मानते हैं कि सा मां बाप बाप भी नहीं मानते उही बाप कोई पुत पकाओ के जलूस कटता हो कोई माता का पाया हों कोई जलूस दिखा पुत तू मेरा पोता मैं मेरा पोता इस करके अपनी मर्यादा ओने पैर उस कार पुरख की सोच के नाल चल के नाम वापस मेरे पैरिय हाथ लाने बड़े प्यारे बने बापू मैं पोता थोड़ा मैं भरा सच्चे पातशाह के अरदास करते हैं सब सच्चे पातशाह नीमा ही देखा है एक सौ दस तो बाद अगर भी आ जाए भाई एक सौ तीस तक एक सौ दस तो लेकर एक सौ बीस तक आ जाए मेरे वीर भैन एक सौ दस तो लेकर एक सौ बीस तक की कह रहे हो मेरे भैन कह रहे मैं हरविंदर सिंह अखा ने दो मरीज ने जी जगतार सिंह चरणजीत कौर जगतार सिंह चरणजीत कौर अखा दे मरीज अखा दी दवाइया लै लो भाई भाई बोल नहीं हूं ठीक है तो हूं अमृतपाल सिंह बापू का पुत है जरा अमृतपाल सिंह बापू दस बहुत साल तो दिमागी प्रॉब्लम घिरिया बैठी ठीक नहीं
ਤੇ ਬੋਲ ਨਹੀਂ ਸਕਦਾ ਸੀਗਾ ਅੱਜ ਵੀ ਨਹੀਂ ਬੋਲ ਸਕਦਾ ਪਰ ਹੁਣ ਦਿਮਾਗੀ ਤੌਰ ਤੇ ਬਹੁਤ ਠੀਕ ਹੋ ਗਿਆ ਹੁਣ ਬਾਪੂ ਦਾ ਆਪਦਾ ਕੱਪੜੇ ਨਹੀਂ ਸਾੜਦਾ ਪਹਿਲਾਂ ਕੱਪੜਿਆਂ ਨੂੰ ਅੱਗ ਲਾ ਦਿੰਦਾ ਸੀ ਚੀਜ਼ਾਂ ਨੂੰ ਭਾਂਦਾ ਤੋੜਦਾ ਸੀ ਨੁਕਸਾਨ ਕਰਦਾ ਸੀ ਗੁੱਸਾ ਬਹੁਤ ਕਰਦਾ ਸੀ ਵੀਰ ਆਪਣੀ ਵਾਈਫ ਨੂੰ ਲੈ ਕੇ ਆਇਆ ਨਾਲ ਸੱਤ ਅੱਠ ਮਹੀਨੇ ਤੋਂ ਬਾਈ ਦੱਸਦਾ ਵੀ ਇਹ ਮੈਂਟਲੀ ਠੀਕ ਨਹੀਂ ਹੈਗੀ ਇਲਾਜ ਪਰ ਦਿਹਾੜੀ ਵੀ ਜਾਂਦਾ ਤੇ ਘਰ ਵਾਲੇ ਨੂੰ ਵੀ ਸਾਂਭਦਾ ਬਾਈ ਤੇ ਬਾਈ ਦੱਸਦਾ ਬਾਈ ਪਿੰਡੋਂ ਆਪਣੇ ਘਰੇ ਕੰਮ ਕਰਦਾ ਪਿਆ ਨਾ ਬਾਈ ਦੇ ਘਰੇ ਕੰਮ ਕਰਦਾ ਤੇ ਬਾਈ ਨੇ ਦੇਖੋ ਕਿੰਨੀ ਵੱਡੀ ਅਵੇਅਰਨੈਸ ਦਿਖਾਈ ਆ ਕਿੱਡਾ ਬੰਦਾ ਵੀ ਘਰੇ ਇੱਕ ਦਿਹਾੜੀਦਾਰ ਬੰਦੇ ਦਾ ਦੁੱਖ ਸੁਣਿਆ ਤੇ ਉਹਨੂੰ ਪੁੱਛਿਆ ਵੀ ਤਕਲੀਫ ਕੀ ਆ ਤੇ ਸਾਡੇ ਨਾਲ ਸੰਪਰਕ ਕਰਕੇ ਬਾਈ ਇੱਥੇ ਆਪਦੇ ਉਸ ਲੇਬਰ ਵਾਲੇ ਬੰਦੇ ਨੂੰ ਕੈਂਪ ਤੇ ਲੈ ਕੇ ਆਇਆ ਉਹਦੀ ਵਾਈਫ ਜਿਹੜੀ ਪਿਛਲੇ 8-9 ਮਹੀਨਿਆਂ ਤੋਂ ਮੈਂਟਲੀ ਅਫਸਰ ਆ ਇਹਨਾਂ ਦੇ ਘਰੇ ਦਿਹਾੜੀ ਕਰਦਾ ਵਿੱਚੋਂ ਸਬਰ ਕੱਢ ਕੇ ਜਾ ਕੇ ਘਰ ਵਾਲੇ ਨੂੰ ਰੋਟੀ ਖਵਾ ਕੇ ਆਉਂਦਾ ਜਾ ਕੇ ਭੱਜ ਕੇ ਉਹਦੇ ਕੱਪੜੇ ਧੋਂਦਾ ਰੋਟੀ ਵੀ ਆਪ ਹੀ ਲਾਉਂਦਾ ਰੋਟੀ ਬਣਾਉਂਦਾ ਸਾਰਾ ਕੁਝ ਆਪ ਕਰਦਾ ਬੰਦਾ ਪਰ ਕੋਈ ਬਹੁਤ ਪ੍ਰੋਬਲਮ ਸਾਡੇ ਸਮਾਜ 'ਚ ਏਦਾਂ ਦੇ ਚੰਦ ਲੋਕ ਨੇ ਜਿਹਨਾਂ ਦੇ ਸਿਰ ਤੇ ਕਦੇ ਦੁਨੀਆਂ ਤੇ ਕੀ ਹੋਈ ਹੈ ਇਹ ਮਾਈ ਦਾ ਬਹੁਤ ਧੰਨਵਾਦ ਕਰਦੇ ਆ ਜਿਹਨੇ ਆਪਣੇ ਪਿੰਡ ਦੇ ਵਿੱਚ ਕਿੱਥੋਂ ਆਏ ਜਿਹੜੇ ਕਿਸੇ ਤੋਂ ਆਏ ਗਾਉਂਦੇ ਉਹ ਕਰਦਾ ਕਿਸੇ ਪੁਰਾ ਵੇਟ ਦੇ ਵੀਰ ਦੇ ਵਿੱਚ ਪਿੰਡ ਆ ਕਿਸੇ ਪੁਰਾ ਸਾਡਾ ਵੇਟ ਤੋਂ ਅੱਗੇ ਉੱਥੋਂ ਆਏ ਨੇ ਵੀਰ ਹੋਣੀ ਉਹਨਾਂ ਨੂੰ ਉਸ ਏਰੀਏ ਦੇ ਲੋਕਾਂ ਨੇ ਰੇਤਾ ਕੱਢ ਕੱਢ ਕੇ ਵੇਚ ਕੇ ਅੰਡੇ ਇਹਦੇ ਚੱਲ ਚੱਲੇ ਫੁੱਟੇ ਟੋਏ ਦਾ ਪਾਦੇ ਪਿੰਡਾਂ 'ਚ ਔਰ ਪੁੱਛਦਾ ਉੱਥੇ ਕੋਈ ਵੀ ਸੁਵਿਧਾ ਦੇ ਨਾਮ ਤੇ ਉੱਥੇ ਕੁਛ ਨਹੀਂ ਮਿਲਦਾ ਸਰਕਾਰੀ ਹਸਪਤਾਲਾਂ 'ਚ ਕੋਈ ਇਲਾਜ ਨਹੀਂ ਮਿਲਦਾ ਕਿੱਦਾਂ ਦੇ ਵੀਰ ਸਨ ਸਾਡੇ ਇੱਦਾਂ ਦੇ ਦਾਦਾ ਨੂੰ ਪਹੁੰਚ ਜਾਂਦੇ ਆ ਕਿ ਵਾਈਫ ਡਿਪਰੈਸ਼ਨ 'ਚ ਲੈ ਗਈ ਆ ਬਿਮਾਰੀ ਕੋਈ ਵੱਡੇ ਨਹੀਂ ਬਸ ਸਿਰਫ ਹੱਲ ਤੇ ਸਿਰਫ ਕਰਵੇ ਦੀ ਅਸੀਂ ਲੋੜ ਆ ਅਸੀਂ ਛੋਟਾ ਵੀਰ ਸਾਡਾ ਤੁਹਾਨੂੰ ਲੈ ਕੇ ਆਇਆ ਕਿ ਸੱਚੇ ਪਾਤਸ਼ਾਹ ਕੀ ਅਰਦਾਸ ਕਰਿਓ ਮੇਰੀ ਵਾਈਫ ਬਾਈ ਦੀ ਗਗਨਦੀਪ ਕੌਰ ਠੀਕ ਹੋ ਜਾਵੇ ਤੇ ਕਿੱਦਾਂ ਗੁੱਸਾ ਕਰਦੀ ਆ ਕਿੱਦਾਂ ਉਹ ਚੀਕਾਂ ਮਾਰਦੇ ਤੁਸੀਂ ਦੇਖਿਆ ਤੇ ਕਿੱਦਾਂ ਵੀਰ ਉਹ ਸੁਭਾਅ ਪਾਲ ਰਿਹਾ ਉਹ ਵੀ ਤੁਸੀਂ ਦੇਖਿਆ ਸਾਰਿਆਂ ਸੁਣਿਆ ਸੱਚੇ ਪਾਤਸ਼ਾਹ ਕੀ ਅਰਦਾਸ ਕਰਿਓ ਇਹ ਭੈਣ ਠੀਕ ਹੋ ਜਾਵੇ ਇੱਕ ਚੰਗੀ ਜ਼ਿੰਦਗੀ ਜਿਉਂਦੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇ ਸੱਤੂ ਦਾ ਵਾਲਾ ਦਿਮਾਗ ਦੀ ਬਾਣੀ ਅੰਬਰਤ ਵੇਲਾ ਫਕਰਾ ਹੋ ਚੱਲਿਆ ਪੜ ਲੈ ਗੁਰਾਂ ਦੀ ਬਾਣੀ ਇਹ ਸਾਡੀ ਜਗਦੀਪ ਆ ਇਸ ਮਾਂ ਦੀ ਧੀ ਆ ਇਹ ਤੁਹਾਡੀਆਂ ਦੁਆਵਾਂ ਇਹ ਤੁਹਾਡੀਆਂ ਅਰਦਾਸਾਂ ਜਗਦੀਪ ਕਹਿੰਦੀ ਮੇਰਾ ਗੁਰੂ ਸਾਹਿਬ ਨੇ ਦੁੱਖ ਤੋੜਤਾ ਮੇਰਾ ਮਹਾਰਾਜ ਨੇ ਦੁੱਖ ਤੋੜਤਾ ਪੁੱਤ ਤੋਂ ਮੈਂ ਠੀਕ ਹੋ ਗਿਆ ਹੁਣ ਆਪਣੀ ਮਾਂ ਦੇ ਨਾਲ ਘਰ ਦੇ ਕੰਮ ਕਰਾਂ ਸੱਚੀ ਤਵੀ ਉਸਤੇ ਤਵੀ ਤੇ ਨਾ ਪਤਾ ਨਹੀਂ ਸਾਰੇ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।